ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਸੀਨੀਅਰ ਜਰਨਲਿਸਟ ਸਰਦਾਰ ਹਮੀਤ ਸਿੰਘ ਜੀ, ਸਰਦਾਰ ਜਗਤਾਰ ਸਿੰਘ ਜੀ, ਮੈਂ ਜੀ ਆਇਆਂ। ਥੈਂਕ ਯੂ ਜੀ, ਸ਼ੁਕਰੀਆ ਜੀ। ਸੰਕਟ 'ਚ ਸੰਕਟ ਆ ਪੈਂਦੇ ਆ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਸਾਹਮਣੇ ਵੱਡਾ ਸੰਕਟ ਹੈ ਜਿਹੜਾ ਮਰਿਆਦਾ ਨਾਲ ਜੁੜਿਆ, ਸਿਧਾਂਤ ਨਾਲ ਜੁੜਿਆ। ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਦਿੱਤੇ ਜਾ ਚੁੱਕੇ ਆ, ਉਹਨਾਂ ਦੀ ਜਗ੍ਹਾ ਬਲਵਿੰਦਰ ਸਿੰਘ ਭੁੰਦੜ ਵਰਕਿੰਗ ਪ੍ਰੈਜੀਡੈਂਟ ਵਜੋਂ ਕੰਮ ਕਰ ਰਹੇ। ਉਹਨਾਂ ਨੇ ਕੁਝ ਪ੍ਰੋਗਰਾਮ ਦਿੱਤੇ ਨੇ, ਲੇਕਿਨ ਸਮਾਨਾਂਤਰ ਜਿਹੜੇ ਉਹਨਾਂ ਦੇ ਐਡਵਾਈਜ਼ਰ ਲਾਏ ਗਏ ਨੇ ਦਰਬਾਰਾ ਸਿੰਘ ਗੁਰੂ, ਉਹਨਾਂ ਦੇ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇੱਕ ਸ਼ਿਕਾਇਤ ਪਹੁੰਚ ਜਾਂਦੀ। ਮੇਰਾ ਮਤਲਬ ਸੰਕਟ 'ਚ ਸੰਕਟ, ਆਖਿਰ ਸੰਕਟਾਂ ਦੇ ਮੌਕੇ ਤੇ ਇਹੋ ਜਿਹੇ ਫੈਸਲੇ ਜਿਹੜੇ ਕੰਟਰੋਵਰਸ਼ੀਅਲ ਹੋਣ ਕਿਉਂ ਲਏ ਜਾਂਦੇ ਆ? ਅਕਾਲੀ ਦਲ ਦੇ ਇਸ ਫੈਸਲੇ ਦੇ ਉੱਤੇ ਜਿਹੜੀ ਅਕਾਲ ਤਖ਼ਤ ਸਾਹਿਬ ਤੇ ਸ਼ਿਕਾਇਤ ਪਹੁੰਚੀ ਆ, ਉਹ ਹੈਗੀ ਆ ਨਕੋਦਰ ਸਾਕੇ ਨਾਲ ਜੁੜੀ ਹੋਈ, ਜਿੱਥੇ 4 ਨੌਜਵਾਨ ਮਾਰੇ ਗਏ ਸੀਗੇ, ਔਰ ਅੱਜ ਤੱਕ ਇਨਸਾਫ ਲਈ ਉਹ ਪਰਿਵਾਰ ਉਡੀਕਦੇ ਨੇ। ਦਰਬਾਰਾ ਸਿੰਘ ਗੁਰੂ ਉਹਨਾਂ ਦਿਨਾਂ ਦੇ ਵਿੱਚ DC ਸੀਗੇ, ਸੋ ਉਹਨਾਂ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ ਤੇ ਇਲਜ਼ਾਮਾਂ ਦਾ ਉਹ ਜਵਾਬ ਵੀ ਦੇ ਰਹੇ ਨੇ। ਲੇਕਿਨ ਹੈ ਮਾਮਲਾ ਇਸ ਤਰ੍ਹਾਂ ਦਾ ਕਿ ਅਕਾਲੀ ਦਲ ਇੱਕ ਵਾਰੀ ਫਿਰ ਸੰਕਟ 'ਚ ਘਿਰ ਗਿਆ। ਦੂਜਾ, ਅਸੀਂ ਫੈਡਰੇਸ਼ਨ ਦੀ ਇੱਕ ਗੱਲ ਸਵੇਰੇ ਕੀਤੀ ਸੀਗੀ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇੱਕ ਧੜੇ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਇੱਕ ਮੰਗ ਭੇਜੀ ਗਈ ਆ, ਇੱਕ ਡਿਮਾਂਡ ਕੀਤੀ ਗਈ ਆ, ਦਰਖਾਸਤ ਕੀਤੀ ਗਈ ਆ ਕਿ ਉਹ ਜਿਹੜੇ ਸਿੱਖ ਨੇ ਤੇ ਦੂਜੀਆਂ ਪਾਰਟੀਆਂ 'ਚ ਵੀ ਨੇ ਜਿਹੜੇ ਸਿੱਖ ਹੋ ਕੇ ਡੇਰੇ ਤੋਂ ਵੋਟਾਂ ਮੰਗਦੇ ਰਹੇ ਆ ਜਾਂ ਡੇਰੇ ਦਾ ਸਮਰਥਨ ਲੈਂਦੇ ਰਹੇ ਆ, ਡੇਰੇ ਨਾਲ ਕਿਸੇ ਤਰ੍ਹਾਂ ਦਾ ਮੇਲ ਜੋਲ ਰੱਖਦੇ ਰਹੇ ਆ, ਉਹਨਾਂ ਦੇ ਖਿਲਾਫ਼ ਕਾਰਵਾਈ ਕਿਉਂ ਨਾ ਹੋਵੇ? ਤੇ ਉਹਨਾਂ ਨੇ ਕੁਝ ਨਾਮ ਹੀ ਦਿੱਤੇ, ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ, ਹੋਰ ਵੀ ਕਈ ਕਾਫੀ ਵੱਡੇ ਨਾਂ ਨੇ, ਉਹਨਾਂ ਦਾ ਜ਼ਿਕਰ ਹੈ। ਆਖਿਰ ਕੀ ਸਮੁੱਚੀ ਲੀਡਰਸ਼ਿਪ ਜਿਹੜੀ 2007 ਤੋਂ ਲੈ ਕੇ ਹੁਣ 24 ਦੇ ਵਿੱਚ ਅਸੀਂ 2 ਦਹਾਕਿਆਂ ਦੇ ਵਿੱਚ ਜਿਹੜੇ ਲੋਕ ਇਸ ਦੌਰ ਦੇ ਵਿੱਚ ਡੇਰੇ ਦੇ ਸੰਪਰਕ 'ਚ ਆਏ ਜਦੋਂ ਹੁਕਮਨਾਮਾ ਡੇਰੇ ਖਿਲਾਫ਼ ਹੁੰਦਾ ਹੈ, ਕਿ ਉਹਨਾਂ ਨੂੰ ਵੀ ਕਟਹਿਰੇ 'ਚ ਖੜਾ ਕੀਤਾ ਜਾਵੇ? ਲੀਡਰਸ਼ਿਪ ਦੇ ਨਜ਼ਰੀਏ ਤੋਂ ਇੱਕ ਤਰ੍ਹਾਂ ਨਾਲ ਇਹ ਬਹੁਤ ਵੱਡਾ ਮਾਮਲਾ ਹੋ ਸਕਦਾ ਜਾਂ ਇਹਦੇ ਨਾਲ ਕਨਫਿਊਜ਼ਨ ਕ੍ਰੀਏਟ ਹੋਏਗੀ, ਆਪਾਂ ਇਹਦੇ ਉੱਤੇ ਜਾਂਦੇ ਹਾਂ। ਤੀਜਾ ਮਾਮਲਾ, ਹਰਿਆਣਾ ਸਾਡਾ ਗੁਆਂਢੀ ਸੂਬਾ ਹੈ ਅਤੇ ਉੱਥੇ ਚੋਣ ਹੋਣ ਜਾ ਰਹੀ ਹੈ, ਸਾਡੇ ਮੁੱਖ ਮੰਤਰੀ ਸਾਹਿਬ ਲਗਾਤਾਰ ਉੱਥੇ ਕੰਪੇਨ ਕਰ ਰਹੇ ਨੇ, ਅਤੇ ਉੱਧਰਲੇ ਬੰਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦੀ ਕੰਸੋ ਫਸੀ ਹੋਈ ਹੈ, ਅੱਧ ਵਿਚਾਲੇ ਇਹ ਮਾਮਲਾ ਫਸ ਗਿਆ। ਅੱਜ ਸੰਦੀਪ ਪਾਠਕ, ਡਾਕਟਰ ਸੰਦੀਪ ਪਾਠਕ, ਜਿਹੜੇ ਕਿ ਇਹਨਾਂ ਦੇ ਸੰਗਠਨ ਦੇ ਕਰਤਾ ਧਰਤਾ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਦਾ ਇੱਕ ਬਿਆਨ ਦ੍ਰਿਸ਼ਟੀਗੋਚਰ ਹੁੰਦਾ, ਉਹ ਕਹਿੰਦੇ ਜੋ ਵੀ ਸਾਨੂੰ ਘੱਟ ਸਮਝੇਗਾ ਉਹ ਭਵਿੱਖ 'ਚ ਪਛਤਾਏਗਾ, ਅਸੀਂ ਹਰ ਸੀਟ ਤੇ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਾਂ, ਬਸ ਪਾਰਟੀ ਦੇ ਆਰਡਰ ਦਾ ਇੰਤਜ਼ਾਰ ਕਰ ਰਹੇ ਹਾਂ। ਉਹ ਆਪ ਹੀ ਬਜਾਤੇ ਖੁਦ ਹੀ ਪਾਰਟੀ ਨੇ, ਕੇਜਰੀਵਾਲ ਸਾਹਿਬ ਤਾਂ ਅੰਦਰ ਨੇ, ਹੁਣ ਪਾਰਟੀ ਦਾ ਹੁਕਮ ਕਿੱਥੋਂ ਆਉਣਾ? ਰਾਘਵ ਚੱਡਾ ਸਾਹਿਬ ਤੇ ਕੱਲ ਤੱਕ ਕਹਿ ਰਹੇ ਵੀ ਕੁਝ ਵੀ ਕਿਸੇ ਵੀ ਹੱਦ ਤੱਕ ਜਾ ਕੇ ਸਮਝੌਤਾ ਕਰ ਲੈਣਾ। ਹੁਣ ਸਵਾਲ ਇਸ ਗੱਲ ਦਾ ਹੈ ਕਿ ਜੇਕਰ ਸਮਝੌਤਾ ਨਹੀਂ ਹੁੰਦਾ, ਇਹ ਟਕਰਾਉਣਗੇ, ਇਹ ਆਪਸ ਵਿੱਚ ਹੀ ਟਕਰਾਉਣਗੇ, ਮਤਲਬ ਗੁੱਸਾ BJP ਤੇ ਕੱਢਣਾ ਹੈ ਜਾਂ ਕਾਂਗਰਸ ਤੇ ਗੁੱਸਾ ਕੱਢਣਗੇ? ਗੱਠਜੋੜ ਜਿਹਨੇ ਨਹੀਂ ਕੀਤਾ, ਜਿਹਨੇ ਸਮਝਿਆ ਹੀ ਕੱਖ ਨਹੀਂ। ਸਰ ਜਗਤਾਰ ਸਿੰਘ ਜੀ, ਸਭ ਤੋਂ ਪਹਿਲਾਂ ਸੰਕਟ ਦੇ ਵਿੱਚ ਹੋਰ ਸੰਕਟ ਆਉਣੇ ਖਤਰੇ ਦੇ ਸੂਚਕ ਹੁੰਦੇ ਆ। ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਇਹ ਗੱਲ ਬਿਲਕੁਲ ਉਵੇਂ ਹੀ ਢੁੱਕ ਰਹੀ ਹੈ। ਦਰਬਾਰਾ ਸਿੰਘ ਗੁਰੂ ਲਾਏ ਜਾਂਦੇ ਆ ਬਲਵਿੰਦਰ ਸਿੰਘ ਭੁੰਦੜ ਦੇ ਐਡਵਾਈਜ਼ਰ, ਤੇ ਨਾਲ ਹੀ ਉਹਨਾਂ ਦੇ ਖਿਲਾਫ ਉਹ ਲੋਕ, ਉਹ ਮਾਪੇ ਚਲੇ ਜਾਂਦੇ ਆ ਜਿਨ੍ਹਾਂ ਦੇ ਜਵਾਨ ਪੁੱਤ ਸ਼ਹੀਦ ਹੋ ਗਏ ਸੀਗੇ ਨਕੋਦਰ 'ਚ। ਸੋ ਜਿਹੜੀ ਸ਼ਿਕਾਇਤ ਅਕਾਲ ਤਖ਼ਤ ਸਾਹਿਬ ਤੇ ਜਾਂਦੀ ਹੈ, ਤੇ ਉਸ ਤੋਂ ਬਾਅਦ ਦਰਬਾਰਾ ਸਿੰਘ ਗੁਰੂ ਵੀ, ਹੁਣ ਜਦੋਂ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤੇ ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਹੋ ਰਹੀ ਹੈ, ਮੈਂ ਕਿਵੇਂ ਸਮਝਾਂ? ਕਿਉਂਕਿ ਤੁਸੀਂ ਉਹਨਾਂ ਵੇੜਿਆਂ ਨੂੰ ਰਿਪੋਰਟ ਕੀਤਾ, ਤੁਸੀਂ ਇਹਨਾਂ ਜਾਂਚ ਰਿਪੋਰਟਾਂ ਦੇ ਵਿੱਚ ਦੀ ਲੰਘੇ ਹੋ, ਇਹ ਜਿਹੜੀਆਂ ਜਾਂਚਾਂ ਹੋਈਆਂ ਕਮਿਸ਼ਨ ਬੈਠੇ, ਤੁਹਾਨੂੰ ਉਹਦਾ ਇੱਕ ਇੱਕ ਪਤਾ ਹੈ, ਹੁਣ ਤੱਕ ਤੁਹਾਡੇ ਇਹ ਟਿਪਸ ਦੇ ਉੱਤੇ ਆ। ਸੋ ਜਿਹੜੀ ਇਹ ਨਵੀਂ
ਸਹੇੜੀ ਗਈ ਮੁਸ਼ਕਲ ਆ, ਤੁਸੀਂ ਇਹਨੂੰ ਕਿਵੇਂ ਲੈਂਦੇ ਹੋ? ਜਦੋਂ ਸਿਚੁਏਸ਼ਨ ਇੰਨੀ ਸੈਂਸਿਟਿਵ ਹੋਵੇ ਤੇ ਉਦੋਂ ਜਿੰਨੇ ਕੰਟਰੋਵਰਸੀ ਅਵਾਇਡ ਕੀਤੀ ਜਾ ਸਕਦੀ ਉਹ ਕਰ ਲੈਣੀ ਚਾਹੀਦੀ ਹੈ। ਸਰ ਦਰਬਾਰਾ ਸਿੰਘ ਗੁਰੂਪੁਰਾ ਦਾ ਨਾਂ ਬੜੀ ਦੇਰ ਤੋਂ ਨਕੋਦਰ ਵਾਲੇ ਮਾਮਲੇ ਦੇ ਵਿੱਚ ਲਗਾਤਾਰ ਹੀ, ਜਦੋਂ ਦਾ ਇਹਨਾਂ ਨੂੰ PS2 CM ਲਾਇਆ ਸੀ ਨਾ, ਉਦੋਂ ਤੋਂ ਇਹ ਮਸਲਾ ਦਾ ਦੁਬਾਰਾ ਰਿਵਾਈਵ ਹੋ ਗਿਆ। ਮੈਂ ਇੰਨਾ ਕੁ ਯਾਦ ਕਰਾ ਦਿਆਂ ਕਿ ਫਰਵਰੀ ਦੇ ਸ਼ੁਰੂ ਦੇ ਵਿੱਚ 1986 ਮਿਲੀਟੈਂਸੀ ਵੇਲੇ ਨਕੋਦਰ ਇੱਕ ਗੁਰਦੁਆਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ 5-6 ਬੀੜਾਂ ਨੂੰ ਅੱਗ ਲੱਗ ਗਈ ਸੀਗੀ ਤੇ ਬਹੁਤ ਟੈਨਸ਼ਨ ਹੋ ਗਈ ਸੀਗੀ ਤੇ ਸ਼ਹਿਰ 'ਚ ਕਰਫਿਊ ਵੀ ਲੱਗ ਗਿਆ ਸੀਗਾ। ਤੇ ਮੈਂ ਕਿਹਾ 2 ਫਰਵਰੀ ਨੂੰ ਸ਼ਾਇਦ ਭਾਣਾ ਵਾਪਰਿਆ ਤੇ 4 ਨੂੰ ਸ਼ਾਇਦ ਪਿੰਡਾਂ ਚੋਂ ਤੇ ਸਿੱਖ ਫੈਡਰੇਸ਼ਨ ਵਾਲਿਆਂ ਦੀ ਕਾਲ ਤੇ ਸਾਰੇ ਲੋਕ ਆਸੇ ਪਾਸੇ ਉਹਨਾਂ ਨੇ ਸ਼ਹਿਰ ਘੇਰ ਲਿਆ ਸੀਗਾ ਤੇ ਇੱਕ ਪਾਸਿਓਂ ਵਧਣ ਲੱਗੇ ਸੀਗੇ ਜੀ। ਤੇ ਉੱਥੇ ਗੋਲੀ ਚੱਲ ਗਈ ਸੀ ਤੇ 4 ਸਿੱਖ ਮੁੰਡੇ ਸ਼ਹੀਦ ਹੋ ਗਏ ਸੀ। ਸਿੱਖ ਫੈਡਰੇਸ਼ਨ ਦੇ ਸੀ ਮੁੰਡੇ ਤੇ ਸਿੱਖ ਹੀ ਸ਼ਹੀਦ ਹੋਣੇ ਸੀ। ਉਸ ਵੇਲੇ SSP ਸੀ ਮੁਹੰਮਦ ਇਜ਼ਹਾਰ ਆਲਮ, ਡਿਪਟੀ ਕਮਿਸ਼ਨਰ ਛੁੱਟੀ ਤੇ ਸੀ ਤੇ ਅਫੀਸ਼ੀਏਟਿੰਗ ਚਾਰਜ ADC ਦਰਬਾਰਾ ਸਿੰਘ ਗੁਰੂ ਕੋਲ ਸੀ। ਸੋ ਬਹੁਤ ਟੈਨਸ਼ਨ ਰਹੀ ਆਪਣੇ ਸਰਕਾਰ ਅਕਾਲੀ ਦਲ ਦੀ ਸੀ ਤੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸੀਗੇ। ਦੇਖੋ ਜਿੰਨੇ ਇਹੋ ਜਿਹੇ ਭਾਣੇ ਵਾਪਰੇ ਆ ਨਾ, ਸਾਰੇ ਅਕਾਲੀ ਸਰਕਾਰਾਂ ਦੇ ਵਿੱਚ ਹੀ ਹੋਇਆ। ਇਹ ਬੜੀ ਅਜੀਬ ਜਿਹਾ ਕੋਇੰਸੀਡੈਂਸ ਹੈ। 78, 86 ਤੁਸੀਂ ਲੈ ਲਓ, 2007 ਡੇਰਾ ਸੱਚਾ ਸੌਦਾ, ਬਹਿਬਲ ਕਲਾ ਫਾਇਰਿੰਗ, ਸਭ ਅਕਾਲੀ ਸਰਕਾਰ ਦੇ ਵੇਲੇ ਸਭ ਕੁਛ। ਇਹ ਕੋਇੰਸੀਡੈਂਸ ਮੇਰੇ ਕਦੇ ਪੱਲੇ ਹੀ ਨਹੀਂ ਪਿਆ ਬਈ ਇਹ ਕਿਉਂ ਵਾਪਰਦਾ ਹੈ। ਖੈਰ ਨਕੋਦਰ ਉਸ ਤੋਂ ਬਾਅਦ ਉਹਦੀ ਜੁਡੀਸ਼ਲ ਇਨਕੁਆਇਰੀ ਹੁੰਦੀ ਹੈ ਤੇ ਉਹ ਰਿਪੋਰਟ ਵੀ ਅਸੈਂਬਲੀ 'ਚ ਇੱਕ ਸਟੇਜ 'ਤੇ ਪੇਸ਼ ਹੋ ਗਈ। ਇੱਕ ਪਾਰਟ ਪੇਸ਼ ਹੋ ਗਿਆ ਉਹਦਾ, ਜਿਹੜੀ ਐਕਸ਼ਨ ਟੇਕਨ ਰਿਪੋਰਟ ਸੀ ਪਾਰਟ 2 ਉਹ ਪੇਸ਼ ਨਹੀਂ ਹੋਈ। ਜਿਹੜੀ ਪਾਰਟ 1 ਹੈ ਉਹਦੇ ਵਿੱਚ ਦਰਬਾਰਾ ਸਿੰਘ ਗੁਰੂ ਔਰ SSP ਮੁਹੰਮਦ ਇਜ਼ਹਾਰ ਆਲਮ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਵੀ ਇਹਨਾਂ ਦਾ ਕੋਈ ਰੋਲ ਨਹੀਂ ਸੀਗਾ ਤੇ ਸਾਰਾ ਬਲੇਮ ਕੋਈ ਉੱਥੇ AK ਸ਼ਰਮਾ ਸੀਗਾ SP ਓਪਰੇਸ਼ਨ ਉਹ 'ਤੇ ਪਾਇਆ ਗਿਆ। ਸੋ ਇੱਕ ਤਰ੍ਹਾਂ ਨਾਲ ਦਰਬਾਰਾ ਸਿੰਘ ਗੁਰੂ ਤੇ ਨੂੰ ਜਦੋਂ ਕਲੀਨ ਚਿੱਟ ਕਮਿਸ਼ਨ ਨੇ ਦੇ ਤੀ ਤੇ ਆਪਣੇ ਆਪ 'ਚ ਮਸਲਾ ਖਤਮ ਹੋ ਜਾਣਾ ਸੀ, ਲੇਕਿਨ ਖਤਮ ਹੋਇਆ ਨਹੀਂ। ਲਗਾਤਾਰ ਇਹ ਇਸ਼ੂ ਟੇਕਅਪ ਹੋ ਗਿਆ ਤੇ ਇਹ ਮੰਗ ਉੱਠਦੀ ਰਹੀ ਵੀ ਜਿਹੜਾ ਪਾਰਟ 2 ਹੈ ਰਿਪੋਰਟ ਦਾ ਉਹ ਪੇਸ਼ ਕੀਤਾ ਜਾਵੇ। ਹਾਈਕੋਰਟ ਦੇ ਵਿੱਚ ਵੀ ਕੇਸ ਗਿਆ ਰਿਹਾ। ਹੁਣ ਮੈਨੂੰ ਲੇਟੈਸਟ ਉਹਦੀ ਸਟੇਜ ਖਿਆਲ ਨਹੀਂ ਗਈ ਕਿਉਂਕਿ ਜੇ ਪਤਾ ਹੁੰਦਾ ਆਪਾਂ ਪਹਿਲਾਂ ਰਿਕਾਰਡ ਦੇਖ ਲੈਂਦੇ ਵੀ ਕਿਸ ਸਟੇਜ 'ਤੇ ਹੈ। ਜੇ ਦੇਖੋ ਦਿੱਲੀ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਉਸ ਤੋਂ ਬਾਅਦ 9 ਕਮਿਸ਼ਨ ਬਣੇ ਤੇ ਹੁਣ ਵੀ ਗੱਲ ਸਿਰੇ ਨਹੀਂ ਲੱਗੀ, ਮਸਲੇ ਉੱਥੇ ਹੀ ਖੜ੍ਹੇ ਆ। ਜੇ ਇੱਕ ਮਿਸ਼ਨ ਦੇ ਨਾਲ ਜਿਹੜੇ ਵਿਕਟਿਮ ਹੈ ਉਹ ਟੱਬਰ ਜਿਨ੍ਹਾਂ ਦੇ ਬੱਚੇ ਮਰੇ ਜੇ ਉਹ ਸੈਟਿਸਫਾਈ ਨਹੀਂ ਤੇ ਇਨਕੁਆਇਰੀ ਇੱਕ ਬ੍ਰੌਡ ਬੇਸ ਕਮਿਸ਼ਨ ਬਾਅਦ 'ਚ ਬਣ ਜਾਂਦਾ ਜਦੋਂ ਅਕਾਲੀ ਸਰਕਾਰ ਬਣੀ ਸੀਗੀ। ਲੇਕਿਨ ਹੁਣ ਆਪਾਂ ਇਤਿਹਾਸ ਵਾਰ ਵਾਰ ਦੁਹਰਾਇਆ ਨਹੀਂ ਜਾਂਦਾ, ਅਕਾਲੀ ਸਰਕਾਰਾਂ ਨੇ ਤਾਂ ਹਰ ਗੱਲ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ਼ੂ ਉੱਥੇ ਹੀ ਖੜ੍ਹੇ ਹੈ। ਜਸਵੰਤ ਸਿੰਘ ਖਾਲੜਾ ਦਾ ਮਾਮਲਾ, ਗੁਰਦੇਵ ਸਿੰਘ ਕੌਂਕਰ, ਜਿਹੜੇ ਵੱਡੇ ਕੇਸ ਹੈਗੇ ਆ
ਗੁਰਦੇਵ ਸਿੰਘ ਕੌਂਕੇ ਦਾ ਮਾਮਲਾ, ਬੰਦੇ ਦਾ 8000 ਫੇਕ ਐਨਕਾਊਂਟਰ 'ਚ ਮਾਰੇ ਗਏ ਜਿਹੜੀ ਹੁਣ ਤੱਕ ਰਿਪੋਰਟ ਆ ਰਹੀ ਹੈ। ਸੋ ਜਦੋਂ ਮਿੱਟੀ ਪਾਉਣ ਦੀ ਕੋਸ਼ਿਸ਼ ਤੁਸੀਂ ਕਰੋ ਅਤੇ ਲੋਕਾਂ ਨੂੰ ਇਨਸਾਫ਼ ਨਾ ਮਿਲੇ ਤਾਂ ਮਸਲੇ ਖੜ੍ਹੇ ਰਹਿੰਦੇ ਆ। ਹੁਣ ਮਸਲਾ ਨਕੋਦਰ ਸਾਕਾ ਨਕੋਦਰ, ਇਹਨੂੰ ਹੁਣ ਲਫ਼ਜ਼ ਸਾਕਾ ਨਕੋਦਰ ਵਰਤਿਆ ਜਾਂਦਾ ਹੈ। ਇਹ ਗਲੋਬਲ ਲੈਵਲ 'ਤੇ ਸਿੱਖ ਡੋਮੇਨ ਦੇ ਵਿੱਚ ਮਸਲਾ ਉੱਥੇ ਦਾ ਉੱਥੇ ਖੜ੍ਹਾ। ਰਾਦਰ ਪਿਛਲੇ ਕੁਝ ਸਾਲਾਂ ਤੋਂ ਬਹੁਤ ਇੰਟੈਂਸਲੀ ਟੇਕਅਪ ਕੀਤਾ ਗਿਆ, ਸਾਡੇ ਕੋਲ ਵੀ ਲਗਾਤਾਰ ਇਹ ਇਨਪੁਟਸ ਇਹਦੀ ਆਉਂਦੀ ਰਹਿੰਦੀ ਹੈ ਵੀ ਕਿਸ ਕਿਸ ਲੈਵਲ 'ਤੇ ਕੀ ਹੋ ਰਿਹਾ। ਇਨਕੁਆਇਰੀ ਇੱਕ ਹੋਰ ਕਰਾ ਦਿੱਤੀ ਜਾਂਦੀ ਅਤੇ ਸ਼ਾਇਦ ਇਹ ਗੱਲ ਨਿਬੜ ਜਾਂਦੀ। ਅਤੇ ਜਦੋਂ ਮਸਲੇ ਉੱਥੇ ਹੀ ਖੜ੍ਹੇ ਹੋਣ ਰੰਧਾਵਾ ਜੀ, ਜੀ ਲੋਕ ਸੈਟਿਸਫਾਈਡ ਨਾ ਹੋਣ, ਸਿੱਖ ਜਗਤ ਦੇ ਵਿੱਚ ਮਤਲਬ ਇਸ ਰਿਪੋਰਟ ਨੂੰ ਮੰਨਿਆ ਹੀ ਨਹੀਂ ਗਿਆ। ਅਕਾਲੀ ਖੁਦ ਵੀ ਕਈ ਵਾਰੀ ਰਿਪੋਰਟਾਂ ਨਹੀਂ ਮੰਨਦੇ, ਤੁਸੀਂ ਦੇਖ ਲਓ ਵੀ ਆ ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸੀਗੀ ਬਰਗਾੜੀ ਵਾਲੇ ਮਾਮਲੇ 'ਤੇ, ਉਹ ਤਾਂ ਅਕਾਲੀ ਦਲ ਦੇ MLA ਅਤੇ ਲੀਡਰਾਂ ਨੇ ਜਦੋਂ ਅਸੈਂਬਲੀ 'ਚ ਪੇਸ਼ ਹੋਈ ਆ ਬਾਹਰ ਪੈਰਾਂ 'ਚ ਰੋਲਤੀ ਸੀਗੀ, ਉਸ ਤੋਂ ਬਾਅਦ ਲੋਕਾਂ ਨੇ ਰੋਲਤਾ ਇਹਨਾਂ ਨੂੰ, ਗੱਲ ਵੱਖਰੀ ਹੈਗੀ ਹੈ। ਸੋ ਪਾਰਟੀ ਨੇ ਖੁਦ ਵੀ ਜਿਹੜੀ ਇੱਕ ਵਾਰੀ ਐਡੀ ਸੈਂਸਿਟਿਵ ਰਿਪੋਰਟ ਨਹੀਂ ਮੰਨੀ ਅਤੇ ਇਹ ਮੰਨ ਲਈ ਜਿਹੜੀ ਇਹ 'ਤੇ ਹੈਗੀ ਨਕੋਦਰ ਵਾਲੀ। ਸੋ ਮਸਲਾ ਵਿੱਚੇ ਲਟਕਿਆ ਹੋਇਆ, ਆਪਾਂ ਇਹ ਨਹੀਂ ਦੇਖਦੇ ਵੀ ਕਿਹੜਾ ਜ਼ਿੰਮੇਦਾਰ ਸੀ ਕੀ ਨਹੀਂ, ਕਿਉਂਕਿ ਇਸ ਉਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਜਿਹੜੀ 6 ਪੇਜ ਦੀ ਰਿਪੋਰਟ ਹੈਗੀ ਉਹ ਜ਼ਿਆਦਾ ਨਹੀਂ, ਅਤੇ ਉਹਦੇ ਵਿੱਚ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਵੀ ਹੈ, ਬਰੀਫ ਹੈ ਰਿਪੋਰਟ ਅਤੇ ਪਾਰਟ 2 ਦਾ ਐਕਸ਼ਨ ਟੇਕਨ ਰਿਪੋਰਟ ਸੀਗੀ ਉਹ ਪਾਸ ਜਾਂ ਅਨੈਕਚਰ ਸੀ, ਕੁਛ ਮੇਨ ਰਿਪੋਰਟ ਤਾਂ ਟੇਬਲ ਹੋ ਗਈ ਸੀਗੀ, ਲੇਕਿਨ ਉਹਦੇ ਵਿੱਚ ਇਹਨਾਂ 'ਤੇ ਕੋਈ ਉਂਗਲ ਨਹੀਂ ਉੱਠੀ ਹੋਈ। ਜੀ ਸਹਮੀਰ ਸਿੰਘ ਜੀ, ਜਦੋਂ ਮੈਂ ਦੇਖ ਰਿਹਾ ਕਿ ਦਰਬਾਰਾ ਸਿੰਘ ਗੁਰੂ ਬੜੇ ਦਾਅਵੇ ਨਾਲ ਉਹ ਕਹਿੰਦੇ ਨੇ ਕਿ ਮੇਰਾ ਇਸ ਗੋਲੀਕਾਂਡ ਨਾਲ ਕੋਈ ਸੰਬੰਧ ਨਹੀਂ, ਔਰ ਉਹ ਕਹਿੰਦੇ ਕਿ ਮੈਂ ਕਾਰਜਕਾਰੀ ਡਿਪਟੀ ਕਮਿਸ਼ਨਰ ਸੀ, ਮੇਰਾ ਕੋਈ ਸੰਬੰਧ ਨਹੀਂ ਹੈ, ਔਰ ਜਿਹੜੀ ਪੜਤਾਲ ਲਈ ਜਿਵੇਂ ਸਰਦਾਰ ਜਗਤਾਰ ਸਿੰਘ ਹੋਰਾਂ ਗੱਲ ਕੀਤੀ ਵੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਆਫ ਇਨਕੁਆਇਰੀ ਉਹਦੇ ਪੈਰਾ 41 'ਚ ਉਹ ਕਹਿੰਦੇ ਦਰਜ ਹੈ, ਉਸ ਵੇਲੇ ਮੌਕੇ 'ਤੇ ਤੈਨਾਤ SP ਸੰਭਵ ਨਹੀਂ ਸੀ, ਔਰ ਉਹਨਾਂ ਨੇ ਕਿਹਾ ਕਿ ਜੁਡੀਸ਼ਲ ਕਮਿਸ਼ਨ ਦੀ ਇਨਕੁਆਇਰੀ ਰਿਪੋਰਟ ਤੋਂ ਸਪਸ਼ਟ ਹੈ ਕਿ ਨਾ ਤਾਂ ਉਹ ਗੋਲੀ ਚੱਲਣ ਵੇਲੇ ਸ਼ੇਰਪੁਰ ਪੁਲ ਘਟਨਾ ਵਾਲੀ ਥਾਂ 'ਤੇ ਹਾਜ਼ਰ ਸਨ ਤੇ ਨਾ ਹੀ ਉਹਨਾਂ ਨੇ ਫੋਰਸ ਦੀ ਵਰਤੋਂ ਜਾਂ ਗੋਲੀ ਚਲਾਉਣ ਦਾ ਕੋਈ ਹੁਕਮ ਦਿੱਤਾ। ਦੇਖੋ ਇਹ ਤਾਂ ਉਹਨਾਂ ਦਾ ਪੱਖ ਆ, ਲੇਕਿਨ ਜਿਹੜੇ ਪਰਿਵਾਰ ਗਏ ਨੇ ਅਕਾਲ ਤਖ਼ਤ ਸਾਹਿਬ ਤੇ ਉਹਨਾਂ ਦੀ ਸ਼ਿਕਾਇਤ ਬੜੀ ਕੈਟਾਗੋਰਿਕ ਆ, ਔਰ ਮੈਂ ਜੇ ਤੁਹਾਡੇ ਤੋਂ ਇਹ ਮਾਮਲੇ ਨੂੰ ਇੱਦਾਂ ਵੀ ਲਵਾਂ ਕਿ ਪਤਾ ਹੈ ਇਹ ਵੱਖ ਵੱਖ ਮੌਕਿਆਂ 'ਤੇ ਦਰਬਾਰਾ ਸਿੰਘ ਗੁਰੂ ਦੇ ਉੱਤੇ ਸਵਾਲ ਉੱਠਦੇ ਰਹੇ ਨੇ, ਭਾਵੇਂ ਉਹਨਾਂ ਦੀ ਸਫਾਈ ਵੀ ਆਉਂਦੀ ਹੈ, ਭਾਵੇਂ ਉਹਨਾਂ ਦਾ ਰੋਲ ਸੀ ਜਾਂ ਨਹੀਂ ਸੀ, ਇਹ ਤਾਂ ਕਿਸੇ ਹੋਰ ਫਰਦਰ ਜਾਂਚ ਦੀ ਇਹਦਾ ਮਤਲਬ ਲੋੜ ਹੈਗੀ ਹੈ। ਪਰ ਜਦੋਂ ਅਕਾਲੀ ਦਲ ਸੰਕਟ 'ਚ ਸੀ, ਦਰਬਾਰਾ ਸਿੰਘ ਗੁਰੂ ਨੂੰ ਐਡਵਾਈਜ਼ਰ ਲਾਏ ਬਿਨਾਂ ਵੀ ਸਰਦਾ ਸੀ, ਜਾਂ ਇਹ ਸਹਿਜ ਭਾਈ ਹੋ ਗਿਆ, ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਵੀ ਇਹ ਕੰਟਰੋਵਰਸੀ ਵੀ ਆ ਜਾਊਗੀ, ਪਰ ਐਡਾ ਵੀ ਤਾਂ ਕੋਈ ਹੁੰਦਾ ਨਹੀਂ ਨਾ ਸਿਆਸਤ ਦੇ ਵਿੱਚ ਬੱਚਾ ਕਿ ਉਹ ਅੰਦਾਜ਼ਾ ਹੀ ਨਾ ਲਵੇ ਕਿ ਔਖੇ ਦਿਨਾਂ 'ਚ ਕਿਹੋ ਜਿਹੀ ਸੱਟ ਵੱਜ ਸਕਦੀ ਹੈ, ਵਿਰੋਧੀ ਕਿਹੜੇ ਮਾਮਲੇ ਉਠਾਉਣਗੇ। ਮੈਂ ਕਿਵੇਂ ਇਹ ਵਾਰ ਵਾਰ ਗਲਤੀ 'ਤੇ ਗਲਤੀ ਮੈਂ ਦੇਖਾਂ ਜੀ, ਜਾਂ ਕੋਈ ਕੁਦਰਤ ਦੇ ਵਰਤਾਰੇ ਨੇ ਕਿ ਹਰ ਗੱਲ ਹੀ ਕੰਟਰੋਵਰਸ਼ੀਅਲ ਹੋ ਜਾਂਦੀ। ਜਿਹੜਾ ਮਾਮਲਾ ਤਾਂ ਇਹ ਐਡਮਿਨਿਸਟ੍ਰੇਸ਼ਨ ਨਾਲ ਸੰਬੰਧਿਤ ਹੈ ਕਿ ਉਦੋਂ ਤੋਂ ਲਗਾਤਾਰ ਚੱਲਿਆ ਆ ਰਿਹਾ। ਉਦੋਂ ਬਾਅਦ ਤਾਂ ਗੁਰੂ ਨੂੰ ਬਹੁਤ ਪੋਸਟਾਂ ਦਿੱਤੀਆਂ,
ਸਿਲੈਕਟ ਕੀਤਾ ਪ੍ਰਿੰਸੀਪਲ ਸੈਕਟਰੀ ਟੂ ਚੀਫ ਮਿਨਿਸਟਰ ਪੰਜਾਬ ਦੇ ਚੀਫ ਮਿਨਿਸਟਰ ਨੇ। ਫਿਰ ਪ੍ਰੀ ਮੈਚਿਓਰ ਥੋੜ੍ਹਾ ਦਿਨ ਰਹਿੰਦੇ ਸੀ ਕਿ ਰਿਟਾਇਰਮੈਂਟ ਦਵਾ ਕੇ ਟਿਕਟ ਦਿੱਤੀ ਹੈ ਵਧਾਉਣ ਤੋਂ, ਫਿਰ ਉਸ ਤੋਂ ਬਾਅਦ ਟਿਕਟ ਦਿੱਤੀ ਹੈ ਬੱਸੀ ਤੋਂ ਵੀ, ਫਿਰ ਉਸ ਤੋਂ ਬਾਅਦ ਟਿਕਟ ਦਿੱਤੀ ਅਤੇ ਉਹ ਨਹੀਂ ਅਲੱਗ ਹੋਏ ਅਤੇ ਉਹ ਅਲੱਗ ਬਾਕੀ ਚੀਜ਼ਾਂ ਅਲੱਗ ਨੇ ਜਿਹੜੀਆਂ ਬਾਕੀ ਜਿਹੜੀਆਂ ਸਮਝੀਆਂ ਗਈਆਂ ਨੇ। ਵਾਰ ਵਾਰ ਅਕਾਲੀ ਦਲ ਦੇ ਉਹਨਾਂ ਨੇ ਵੀ ਲੋਇਲਟੀ ਸਿੱਧ ਕੀਤੀ ਅਤੇ ਪਾਰਟੀ ਨੇ ਵੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਵੀ ਲੋਇਲਟੀ ਸਿੱਧ ਕੀਤੀ ਇੱਕ ਦੂਜੇ ਦੇ ਨਾਲ, ਅਤੇ ਇਹ ਘਟਨਾ ਤਾਂ ਨਾਲ ਚੱਲੀ ਆ ਰਹੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ, ਵਾਰ ਵਾਰ ਚੱਲੀ ਆ ਰਹੀ ਹੈ ਅਤੇ ਉਹ ਆਪਣਾ ਕੰਮ ਕਰਦੇ ਗਏ ਅਤੇ ਘਟਨਾ ਆਪਣੀ ਆਪਣੀ ਜਗ੍ਹਾ ਰਹੀ। ਪਰ ਦੂਜੀ ਗੱਲ ਜਿਹੜੀ ਉਹਦੇ ਨਾਲ ਦੀ ਜੁੜੀ ਹੋਈ ਹੋਰ ਹੁੰਦੀ ਹੈ, ਉਹ ਇਹ ਹੈ ਕਿ ਗੁਰੂ ਦਰਬਾਰਾ ਸਿੰਘ ਗੁਰੂ ਕੋਈ ਬਹੁਤ ਸਿੱਖ ਸਿਧਾਂਤਕਾਰ ਅਕਾਲੀ ਮੂਵਮੈਂਟਾਂ ਨੂੰ ਨੇੜਿਓਂ ਸਮਝਣ ਵਾਲੇ ਜਾਂ ਅਕਾਲੀਅਤ ਦਾ ਕੋਈ ਉਹਦਾ ਹਿੱਸਾ ਰਹੇ ਹੋਏ ਇਹੋ ਜਿਹੇ ਤਾਂ ਮੰਨੇ ਨਹੀਂ ਜਾਂਦੇ ਅਫਸਰਾਂ 'ਚ ਵੀ। ਅਫਸਰ ਜੇਕਰ ਆਪਾਂ ਗੱਲ ਕਰੀਏ ਕਦੇ ਉਹਨਾਂ ਦੇ, ਇਹ ਤਾਂ ਨਹੀਂ ਮੈਂ ਸੁਣਿਆ ਕਦੇ ਕਿ ਇਹ ਇਸ ਲੈਵਲ ਦੇ ਮੰਨੇ ਜਾਂਦੇ ਸੀ ਅਤੇ ਅਕਾਲੀ ਦਲ ਨੂੰ ਐਡਵਾਈਸ ਕਰਦੇ ਸੀ ਪਹਿਲਾਂ ਕਦੇ ਜਾਂ ਕੁਛ ਇਸ ਲੈਵਲ 'ਤੇ ਹੋਇਆ ਜਾਂ ਨਹੀਂ ਹੋਇਆ। ਔਰ ਦੂਸਰੀ ਗੱਲ ਇਹ ਵੀ ਹੈ ਕਿ ਉਹ ਕਦੇ ਚੋਣ ਜਿੱਤੇ ਹੀ ਨਹੀਂ, ਹਾਲਾਂਕਿ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਵੀ ਚਲੇ ਗਏ, ਉਹ ਬੋੜਾ ਬਾਅਦ ਦੇ ਵਿੱਚ ਪੈ ਗਿਆ ਉਹ ਅਲੱਗ ਗੱਲ ਹੈ, ਉੱਥੇ ਵੀ ਬਾਹਲਾ ਕੁਛ ਨਹੀਂ ਹੋਇਆ ਅਤੇ ਪਾਰਟੀ ਵੀ ਛੱਡੀ। ਇਹਦਾ ਮਤਲਬ ਵਿਚਾਰਧਾਰਾ ਨਾਲ ਕਮਿਟਮੈਂਟ, ਅਕਾਲੀ ਦਲ ਨਾਲ ਕਮਿਟਮੈਂਟ, ਬਾਦਲ ਪਰਿਵਾਰ ਨਾਲ ਲੋਇਲਟੀ, ਉਹ ਸਭ ਛੱਡੀਆਂ ਨਾ ਇੱਕ ਵਾਰੀ ਆ ਕੇ ਉਸ। ਅਤੇ ਦੂਜੇ ਪਾਸੇ ਤੁਸੀਂ ਪਾਰਟੀ 'ਚ ਉਹ ਬੰਦੇ ਜਿਹੜੇ ਤੁਹਾਡੇ ਨਾਲ ਲਗਾਤਾਰ ਖੜ੍ਹਦੇ ਨੇ, ਪਾਰਟੀ 'ਚ ਮੇਰਾ ਕਹਿੰਦਾ ਇੱਕ ਲਗਾਤਾਰਤਾ ਦੀ ਪ੍ਰੋਬਲਮ ਹੈ ਹਮੇਸ਼ਾ ਹੀ ਇਸ ਪਾਰਟੀ 'ਚ, ਜਿਹੜੇ ਉਹਨਾਂ ਦੇ ਡੈਡੀਕੇਟਡ ਸਮਰਪਿਤ ਲੀਡਰ ਅਤੇ ਵਰਕਰ ਨੇ ਜਿਹਨਾਂ ਨੂੰ ਨਾਲ ਖੜ੍ਹੇ ਹੋਣਾ ਚਾਹੀਦਾ, ਜਿਹਨੂੰ ਨਾਲ ਉਹਦੇ ਗੱਲਾਂ ਦੇਣੀਆਂ ਚਾਹੀਦੀਆਂ ਨੇ, ਜਿਹਨੂੰ ਨਾਲ ਰੱਖਣਾ ਚਾਹੀਦਾ, ਉਹ ਹੌਲੀ ਹੌਲੀ ਛੱਡਦੇ ਗਏ ਨਵੇਂ ਲਿਆ ਕੇ ਉਹ ਬੰਦੇ ਪਿੱਛੇ ਬੈਠਦੇ ਗਏ ਅਤੇ ਦੂਜੇ ਬੰਦੇ ਅੱਗੇ ਆਉਂਦੇ ਗਏ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹਦੇ ਨਾਲ ਵੀ ਪਾਰਟੀਆਂ 'ਚ ਨਿਰਾਸ਼ਤਾ ਆਉਂਦੀ ਹੈ, ਜਿਹੜੀ ਮਰਜ਼ੀ ਪਾਰਟੀ ਹੈ ਚਾਹੇ ਤੁਸੀਂ ਕਿਧਰੋਂ ਵੀ ਲਿਆ ਕੇ ਉਹ ਕਰੀ ਜਾਓਗੇ ਤਾਂ ਦੂਜੇ ਬੰਦੇ ਨਹੀਂ ਉਸ ਰੂਪ 'ਤੇ ਸੰਤੁਸ਼ਟ ਹੋਣਗੇ। ਹੁਣ ਜਦੋਂ ਸੁਖਬੀਰ ਸਿੰਘ ਬਾਦਲ ਮਤਲਬ ਉਹਨਾਂ ਨੇ ਵਰਕਿੰਗ ਪ੍ਰਧਾਨ ਨਾਮਜ਼ਦ ਕਰਤਾ ਭੁੰਦੜ ਸਾਹਿਬ ਨੂੰ, ਹੁਣ ਇਹ ਇੱਕ ਤਾਂ ਗੱਲ ਬੜੀ ਕਲੀਅਰ ਹੈ, ਇਹ ਦੇਖਣ ਵਾਲੀ ਹੈ ਕਿ ਗੁਰੂ ਸਾਹਿਬ ਚੁਆਇਸ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੀ ਨੇ, ਸੁਖਬੀਰ ਸਿੰਘ ਬਾਦਲ ਦੀ ਨੇ, ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਨੇ, ਕਿਹਦੇ ਨੇ ਆਪਣਾ ਵਰਕਿੰਗ ਪ੍ਰੈਜੀਡੈਂਟ ਲਾਇਆ ਹੈ, ਉਹ ਡਿਸੀਜਨ ਕਿਹਦਾ ਹੈ? ਭੁੰਦੜ ਸਾਹਿਬ ਨੇ ਆਪ ਹੀ ਲਾ ਲਿਆ ਆਪਣਾ, ਕੋਰ ਕਮੇਟੀ ਦੀ ਮੀਟਿੰਗ ਬੁਲਾਈ, ਚਰਚਾ ਕੀਤੀ ਸੀ, ਜਾਂ ਅਜੇ ਵੀ ਗਾਹੇ ਬਗਾਹੇ ਕਿਹਾ ਹੋਣਾ ਵੀ ਚਲੋ ਉਹਨਾਂ ਦੇ ਨਾਲ ਬੰਦਾ ਲਾ ਦਿੰਦੇ ਹਾਂ? ਇੱਕ ਐਡਵਾਈਜ਼ਰ ਤਾਂ ਸੁਖਬੀਰ ਸਿੰਘ ਬਾਦਲ ਨਾਲ ਵੀ ਹੈਗੇ ਹੀ ਨੇ, ਉਹੀ ਐਡਵਾਈਜ਼ਰ ਕਿਉਂ ਨਹੀਂ ਕੰਮ ਚਲਾ ਸਕਦੇ ਸੀ ਭੁੰਦੜ ਸਾਹਿਬ ਨਾਲ ਮਿਲ ਕੇ? ਤਨਖਾਹੀਆਂ ਉਹ ਤਾਂ ਨਹੀਂ ਹੋ ਗਏ ਜਿਹੜੇ ਬਾਕੀ ਦੇ ਬੰਦੇ ਨੇ ਜਿਹਨਾਂ ਨੂੰ ਉਹ ਸਮਝਦੇ ਨੇ ਕਿ ਪਾਰਟੀ ਦੇ ਨਾਲ ਹੈਗੇ ਨੇ, ਪਾਰਟੀ 'ਚ ਨਾ ਰਹਿੰਦੇ, ਪਾਰਟੀ ਨੂੰ ਠੀਕ ਰਾਏ ਦੇ ਰਹੇ ਨੇ? ਇਹ ਲੋੜ ਕਿਉਂ ਪਈ, ਉਹਦੇ ਪਿੱਛੇ ਕੀ ਰੀਜਨ ਹੈ? ਇਹ ਤਾਂ ਹਜੇ ਤੱਕ ਤਾਂ ਸਪਸ਼ਟ ਨਜ਼ਰ ਨਹੀਂ ਆਉਂਦਾ ਕਿ ਰੀਜਨ ਕੀ ਹੈ ਕੀ ਨਹੀਂ ਹੈ। ਇਹੋ ਜਿਹੇ ਮੌਕੇ 'ਚ ਐਡਵਾਈਸ ਲਈ ਚੁਣਦੇ ਨੇ ਨਾ ਐਡਵਾਈਜ਼ਰ, ਤੇ ਮੈਂ ਤਾਂ ਕਦੇ ਹੱਸਦੇ ਅਕਾਲੀ ਦਲ ਦੇ ਲੀਡਰ ਜਿਹੜੇ ਐਡਵਾਈਜ਼ਰ ਜ਼ਿਆਦਾ ਰਹਿੰਦੇ ਨੇ, ਚੀਮਾ ਸਾਹਿਬ ਐਡਵਾਈਜ਼ਰ ਰਹੇ ਪਹਿਲਾਂ, ਚੀਫ ਮਿਨਿਸਟਰ ਦੇ ਐਡਵਾਈਜ਼ਰ ਵੀ ਬਣ ਗਏ ਸੀ ਆਫੀਸ਼ਲੀ ਜਦੋਂ ਬਾਦਲ ਸਾਹਿਬ ਚੀਫ ਮਿਨਿਸਟਰ ਸੀ, ਉਦੋਂ ਪਹਿਲਾਂ ਵੀ ਬਾਦਲ ਹੱਦ ਮੈਂ ਜਦੋਂ ਕੋਈ ਬੋਲਦਾ ਸੀ ਨਾ ਵੀ ਤੁਹਾਨੂੰ ਐਡਵਾਈਸ ਕੀ ਦੇ ਰਹੇ ਹੋ ਤੁਸੀਂ, ਵੈਸੇ ਕਹਿੰਦੇ ਐਡਵਾਈਜ਼ਰ ਦਾ ਕੰਮ ਐਡਵਾਈਸ ਦੇਣਾ ਨਹੀਂ ਹੁੰਦਾ, ਐਡਵਾਈਸ ਸੁਣਨਾ ਹੁੰਦਾ, ਉਹਨੂੰ ਅੱਗੇ ਵਧਾਉਣਾ ਹੁੰਦਾ ਲੀਡਰ ਦੀ ਐਡਵਾਈਸ ਸੁਣ ਕੇ। ਮਜ਼ਾਕ 'ਚ ਇਹ ਗੱਲਾਂ ਕਰਦੇ ਰਹਿੰਦੇ ਸੀ ਹਮੇਸ਼ਾ ਜਿਹੜੀਆਂ ਉਹ ਚੀਜ਼ ਉਸ ਲੈਵਲ ਦੇ ਉੱਤੇ ਗੱਲਾਂ ਨੇ,
ਪਰ ਹੁਣ ਇਹ ਕੀ ਹੋਣਗੇ ਮੈਨੂੰ ਇਹਦੀ ਸਮਝ ਆਉਂਦੀ ਹੈ। ਅਕਾਲੀ ਦਲ ਦਾ ਅੰਦਰੂਨੀ ਮਾਮਲਾ, ਵੈਸੇ ਤਾਂ ਆਪਣਾ ਐਡਵਾਈਜ਼ਰ ਕਿਹਨੂੰ ਲਾਉਣਾ ਕਿਹਨੂੰ ਨਹੀਂ ਲਾਉਣਾ, ਇਹ ਤਾਂ ਉਹਨਾਂ ਦੀ ਅੰਦਰੂਨੀ ਪਾਰਟੀ ਦਾ ਹਿੱਸਾ ਹੈ। ਪਰ ਪਾਰਟੀ ਨੇ ਜੇ ਸੰਕਟ ਚੋਂ ਨਿਕਲਣਾ, ਜਿਹੜੀਆਂ ਨਿਯੁਕਤੀਆਂ ਨੇ, ਪੋਸਟਿੰਗ ਨੇ, ਇਹ ਵੀ ਇੱਕ ਮੈਸੇਜ ਦਿੰਦੀਆਂ ਹੁੰਦੀਆਂ ਨੇ ਕਿ ਉਹ ਨਿਕਲਣ ਵਾਲੇ ਪਾਸੇ ਚੱਲ ਰਹੀਆਂ ਨੇ, ਕੱਢਿਆ ਜਾ ਸਕਦਾ, ਜਾਂ ਨਹੀਂ ਨਿਕਲਣ ਵਾਲੇ ਪਾਸੇ ਚੱਲ ਰਹੀਆਂ, ਕਿਸੇ ਦੂਜੇ ਪਾਸੇ ਜਾ ਰਹੀਆਂ ਨੇ। ਇਹ ਸਾਰੇ ਮਾਮਲੇ ਦੇ ਵਿੱਚ ਇੱਕ ਗੱਲ ਇਹ ਬੜੀ ਉਸ ਲੈਵਲ ਦੀ ਦਿਖਾਈ ਦਿੰਦੀ ਹੈ। ਵੈਸੇ ਪ੍ਰਧਾਨ ਜੀ ਹਮੇਸ਼ਾ ਉਹਨੂੰ ਆਪਣਾ ਐਡਵਾਈਜ਼ਰ ਬਣਾਉਂਦੇ ਨੇ, ਐਡਵਾਈਜ਼ਰ ਦਾ ਮਤਲਬ ਨਿੱਜੀ ਵੀ ਹੁੰਦਾ ਇੱਕ ਨਾਲ, ਤਾਲੁਕਾ ਬਣਾਉਣਾ ਚਾਹੀਦਾ। ਮੈਂ ਕਦੇ ਇਹ ਤਾਂ ਨਹੀਂ ਸੁਣਿਆ ਵੀ ਭੁੰਦੜ ਸਾਹਿਬ ਦੇ ਨੇੜੇ ਗੁਰੂ ਸਾਹਿਬ ਹੋ ਸਕਦਾ ਕਦੇ ਰਹੇ ਹੋਣ, ਦਰਬਾਰਾ ਸਿੰਘ ਗੁਰੂ ਜਦੋਂ ਭੁੰਦੜ ਬਠਿੰਡੇ ਜ਼ਿਲ੍ਹੇ ਦੇ ਲੀਡਰ ਸੀ ਵੱਡੇ, ਉਦੋਂ ਉੱਥੇ ਡੀਸੀ ਵੀ ਰਹੇ, ਲੰਮਾ ਸਮਾਂ ਤਾਲਮੇਲ ਵੀ ਰਿਹਾ ਹੋਊਗਾ, ਨਿੱਜੀ ਵੀ ਹੋ ਸਕਦਾ ਰਿਹਾ ਹੋਵੇ ਤਾਲਮੇਲ। ਇਸ ਲਈ ਉਹਨਾਂ ਨੇ ਕਿਹਾ ਹੋਵੇ ਵੀ ਚੱਲ ਆਪਾਂ, ਇੱਕ ਟੈਕਨੀਕਲ ਬੰਦਾ ਹੈ, ਬਿਊਰੋਕਰੇਟ ਹੈ, ਅੰਦਰ ਦੀਆਂ ਗੱਲਾਂ ਪ੍ਰਸ਼ਾਸਨਿਕ ਪਤਾ ਹੈ। ਹੁਣ ਅਕਾਲੀ ਦਲ ਨੂੰ ਪ੍ਰਸ਼ਾਸਨਿਕ ਗੱਲਾਂ ਦੀ ਲੋੜ ਨਹੀਂ, ਅਜੇ ਤਾਂ ਸਰਕਾਰ ਤੋਂ ਬਹੁਤ ਦੂਰ ਹੀ ਹੈ, ਸਰਕਾਰ ਦੇ ਜਾ ਵਿੱਚ ਜਾ ਕੇ ਪ੍ਰਸ਼ਾਸਨਿਕ ਗੱਲਾਂ ਦੀ ਲੋੜ ਹੁੰਦੀ ਹੈ। ਅਜੇ ਮਰਿਆਦਾ ਚੁੜ ਜੇ ਅਕਾਲੀ ਦਲ, ਅਜੇ ਪੋਲਿਸੀ ਨਾਲ ਖੇਡ ਰਿਹਾ ਅਕਾਲੀ ਦਲ, ਅਜੇ ਲੋਕਾਂ ਦਾ ਭਰੋਸਾ ਬਹਾਲੀ ਦੇ ਸੰਕਟ ਨਾਲ ਜੂਝ ਰਿਹਾ ਅਕਾਲੀ ਦਲ, ਅਜੇ ਹੋਰ ਤਰ੍ਹਾਂ ਦੀ ਐਡਵਾਈਸ ਦੀ ਲੋੜ ਹੈ ਸ਼ਾਇਦ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹ ਕਰਨਗੇ ਜਿਵੇਂ ਵੀ ਆਪਣੇ ਆਪ ਨੂੰ ਲੈ ਕੇ ਆਊਗਾ, ਉਹਨਾਂ ਦੀ ਇੱਛਾ ਜਿਵੇਂ ਵੀ, ਕੌਣ ਉਹਨਾਂ ਨੂੰ ਐਡਵਾਈਸ ਕਰਨਗੇ ਕੌਣ ਨਹੀਂ। ਪਰ ਜਥੇਦਾਰ ਸਾਹਿਬਾਨ ਦਾ ਜਿਹੜਾ ਦਿੱਤਾ ਗਿਆ ਸੱਦਾ ਹੈ, ਹੁਣ ਤਾਂ ਐਡਵਾਈਸ ਉੱਥੋਂ ਹੀ ਆਏਗੀ ਮੇਨ, ਜੋ ਵੀ ਆਏਗੀ ਜਾਂ ਹੁਕਮ ਵੀ ਜੋ ਆਏਗਾ ਜਾਂ ਸੇਵਾ ਵੀ ਜੋ ਲੱਗੇਗੀ, ਉਦੋਂ ਬਾਅਦ ਹੀ ਕੁੱਝ ਦੇਖਣਾ। ਬਾਕੀ ਐਡਵਾਈਜ਼ਰੀਆਂ ਨੇ ਕੁੱਝ ਨਹੀਂ ਕਰਨਾ ਸ਼ਾਇਦ ਜੀ, ਇਹਦੇ ਚ ਕੋਈ ਦੋਰਾਵਾ ਨਹੀਂ ਸਾਹਿਬ। ਨਹੀਂ, ਤੁਸੀਂ ਥੋੜਾ ਜਿਹਾ ਠੀਕ ਕਰ ਲਓ ਜਿਹੜੇ ਤੁਸੀਂ ਸ਼ਬਦ ਵਰਤੇ ਹੈ। ਅਕਾਲ ਤਖ਼ਤ ਵਾਲੇ ਐਡਵਾਈਸ ਨਹੀਂ ਦਿਆ ਕਰਦੇ ਇਹੋ ਜਿਹੇ ਮੌਕੇ ਤੇ, ਉਹ ਹੁਕਮ ਦਿਆ ਕਰਦੇ, ਫਿਰ ਤੁਹਾਡੇ ਤੇ ਵੀ ਹੁਕਮਨਾਮਾ ਕੋਈ ਲਾਗੂ ਹੋ ਜਾਣਾ। ਹਾਂ, ਇਹ ਗੱਲ ਠੀਕ ਹੈ। ਅੱਛਾ, ਮੈਂ ਕਿਉਂਕਿ ਸਾਡੇ ਦੋਸਤ ਮਿੱਤਰ ਇਹ ਕਹਿਣਗੇ ਕਿ ਤੁਸੀਂ ਇਹ ਮਾਮਲਾ ਕਿਉਂ ਐਡਰੈਸ ਕਰ ਰਹੇ ਹੋ, ਦਰਅਸਲ ਇਸ ਸੰਬੰਧ ਦੇ ਵਿੱਚ ਦਰਬਾਰਾ ਸਿੰਘ ਗੁਰੂ ਵੀ ਆਪਣੀ ਸਫਾਈ ਦੇ ਰਹੇ ਨੇ ਪ੍ਰੈਸ ਕਾਨਫਰੰਸ ਦੇ ਰੂਪ ਚ। ਲੇਕਿਨ ਜਿਹੜਾ ਅੱਜ ਕਲੰਗੇ ਸ਼ਾਮ 6 ਸਤੰਬਰ 2024 ਦੀ ਇਹ ਡੇਟਲਾਈਨ ਆ ਜਿਹੜੀ ਚਿੱਠੀ ਅਕਾਲ ਤਖ਼ਤ ਸਾਹਿਬ ਨੂੰ ਗਈ, ਮੈਂ ਪੜ੍ਹ ਕੇ ਸੁਣਾ ਦਿੰਦਾ। ਉਹ ਲਿਖਦੇ ਨੇ ਕਿ ਪਰਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੇ ਨਿਯੁਕਤ ਕੀਤੇ ਗਏ ਸਲਾਹਕਾਰ ਦਰਬਾਰਾ ਸਿੰਘ ਗੁਰੂ ਸੰਬੰਧੀ। ਸਿੰਘ ਸਾਹਿਬ ਜੀ, ਅਸੀਂ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ 2 ਫਰਵਰੀ 1986 ਨੂੰ ਨਕੋਦਰ ਦੇ ਗੁਰੂ ਨਾਨਕਪੁਰਾ ਮਹੱਲੇ ਦੇ ਗੁਰੂ ਅਰਜਨ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਅਕਾਲੀ ਸਰਕਾਰ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਸਰੂਪ ਪੰਥ ਤੋਕੀਆਂ ਨੇ ਅਗਨ ਭੇਟ ਕਰ ਦਿੱਤੇ ਸਨ। 38 ਸਾਲ ਬੀਤਣ ਦੇ ਬਾਵਜੂਦ ਅੱਜ ਤੱਕ ਕੋਈ ਵੀ ਇਹ ਸਰਕਾਰ ਇਸ ਪਤਾ ਨਹੀਂ ਲਗਾ ਸਕੀ ਕਿ ਘਿਨੌਣੀ ਕਾਰਵਾਈ ਲਈ ਕੌਣ ਜ਼ਿੰਮੇਵਾਰ ਸੀ। ਕਿਸੇ ਨੂੰ ਅੱਜ ਤੱਕ ਸਜ਼ਾ ਨਹੀਂ ਮਿਲੀ। 4 ਬੇਗੁਨਾਹ ਸਿੱਖ ਨੌਜਵਾਨਾਂ, ਭਾਈ ਰਵਿੰਦਰ ਸਿੰਘ ਲਿੱਤਰਾ, ਭਾਈ ਬਲਜੀਤ ਸਿੰਘ ਰਾਮਗੜ੍ਹ, ਭਾਈ ਚਲਮਣ ਸਿੰਘ ਗੋਰਸੀਆਂ ਤੇ ਭਾਈ ਹਰਮਿੰਦਰ ਸਿੰਘ ਚਲੂਪੁਰ ਨੂੰ 4 ਫਰਵਰੀ 1986 ਨੂੰ ਉਸ ਸਮੇਂ ਦੀ ਪੰਥਕ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਿਰੋਧ ਕਰਨ ਕਾਰਨ ਦਿਨ ਦਿਹਾੜੇ ਛਾਤੀਆਂ ਬਿੰਨ ਕੇ ਸ਼ਹੀਦ ਕਰ ਦਿੱਤਾ। ਉਹਨਾਂ ਦੇ ਪੋਸਟਮਾਰਟਮ ਵੀ ਅਜੋਕੇ ਪੰਥਕ ਆਗੂ ਤੇ ਉਸ ਸਮੇਂ ਦੇ ਐਕਟਿੰਗ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਦੇ ਹੁਕਮਾਂ ਤੇ ਕੀਤੇ ਗਏ। ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਸ਼ਹੀਦੀ ਸਰੂਪ ਵੀ ਅੰਤਮ ਸੰਸਕਾਰ ਲਈ ਨਸੀਬ ਨਾ ਹੋਏ ਤੇ ਉਸ ਸਮੇਂ ਦੇ SSP ਮੁਹੰਮਦ ਅਜ਼ਹਾਰ ਦੀ ਦੇਖਰੇਖ ਵਿੱਚ ਇਹ ਸਾਕਾ ਵਾਪਰਿਆ ਨੂੰ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਤੇ ਪੰਥਕ ਪਾਰਟੀ ਨੇ ਉਸਦੇ ਮਰਨ ਤੱਕ ਉਸਦੀ ਪੁਸ਼ਤ ਪੁਨਾਈ ਕੀਤੀ। ਹੁਣ ਇਹਦੇ ਤੇ ਉਹ ਕਹਿੰਦੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਜਿਹਦੀ ਰਿਪੋਰਟ 31 ਅਕਤੂਬਰ 1986 ਨੂੰ
ਸੌਂਪ ਦਿੱਤੀ ਪਰ ਇਹਨੂੰ ਪੰਥਕ ਸਰਕਾਰ ਨੇ ਦੱਬਤਾ। 5 ਮਾਰਚ 2001 ਨੂੰ ਪੰਥਕ ਸਰਕਾਰ ਨੇ ਇੱਕ ਵਾਰ ਫਿਰ ਇਹ ਰਿਪੋਰਟ ਦਾ ਇੱਕ ਹਿੱਸਾ ਖਾਨਾ ਪੂਰਤੀ ਲਈ ਵਿਧਾਨ ਸਭਾ 'ਚ ਰੱਖ ਕੇ ਦੋਸ਼ੀਆਂ ਨੂੰ ਬਚਾ ਲਿਆ। ਲੋੜੀਂਦੀ ਐਕਸ਼ਨ ਟੇਕਨ ਰਿਪੋਰਟ ਵੀ ਵਿਧਾਨ ਸਭਾ 'ਚ ਨਾ ਰੱਖੀ। ਉਸ ਸਮੇਂ ਫਕਰੇ ਕੌਮ ਦਾ ਸਨਮਾਨ ਪ੍ਰਾਪਤ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਮੁੱਖ ਮੰਤਰੀ ਸਨ ਤੇ ਸੀਨੀਅਰ ਅਕਾਲੀ ਨੇਤਾ ਚਰਨਜੀਤ ਸਿੰਘ ਅਟਵਾਲ ਵਿਧਾਨ ਸਭਾ ਦੇ ਸਪੀਕਰ ਸਨ। ਸੋ ਇਹ ਚਿੱਠੀ ਜਿਹੜੀ ਉਹਨਾਂ ਨੇ ਲਿਖੀ ਆ ਇਹਦੇ ਲਾਸਟ ਵਿੱਚ, ਕਿਉਂਕਿ ਹੁਣ ਮੈਂ ਜ਼ਿਆਦਾ ਨਾ ਇੱਥੇ ਜਾਵਾਂ, ਮੈਂ ਲਾਸਟ ਵਿੱਚ ਜੋ ਉਹਨਾਂ ਨੇ ਮੰਗ ਕੀਤੀ ਆ ਮੈਂ ਉਹ ਜ਼ਰੂਰ ਕਰ ਦਿਆਂ। ਉਹ ਕਹਿੰਦੇ ਨੇ ਕਿ ਇਹ ਇੱਕ ਪਾਸੇ ਤਾਂ ਸੁਖਬੀਰ ਸਿੰਘ ਬਾਦਲ ਤੇ ਉਸਦੀ ਪਾਰਟੀ ਆਪਣੇ ਗੁਨਾਹਾਂ ਦੀ ਮਾਫ਼ੀ ਲਈ ਅਕਾਲ ਤਖ਼ਤ ਸਾਹਿਬ ਤੇ ਖਿਮਾ ਯਾਚਨਾ ਕਰ ਰਹੀ ਹੈ, ਦੂਸਰੇ ਪਾਸੇ ਇਹਨਾਂ ਨੇ 1986 ਸਾਕਾ ਨਕੋਦਰ ਦੀ ਦੇ ਦਾਗੀ ਦਰਬਾਰਾ ਸਿੰਘ ਗੁਰੂ ਨੂੰ ਕਾਰਜਕਾਰੀ ਪ੍ਰਧਾਨ ਦਾ ਮੁੱਖ ਸਲਾਹਕਾਰ ਬਣਾ ਕੇ ਹੋਰ ਗੁਨਾਹ ਕੀਤਾ। ਇਹ ਗੁਨਾਹ ਸਾਬਤ ਕਰਦਾ ਹੈ ਕਿ ਸੁਖਬੀਰ ਤੇ ਉਸਦੀ ਪਾਰਟੀ ਦੇ ਅਹੁਦੇਦਾਰ ਮਾਫ਼ੀ ਮੰਗਣ ਲਈ ਸੁਹਿਰਦ ਨਹੀਂ ਤੇ ਸਾਡੀ ਸਮੂਹ ਸਿੰਘ ਸਾਹਿਬਾਨ ਨੂੰ ਬੇਨਤੀ ਹੈ ਕਿ ਸਜ਼ਾ ਸੰਬੰਧੀ ਆਪਣਾ ਫੈਸਲਾ ਲੈਣ ਸਮੇਂ ਇਸ ਨੂੰ ਧਿਆਨ ਗੋਚਰੇ ਰੱਖਿਆ ਜਾਵੇ। ਇਹ ਹੈਗੇ ਨੇ ਗੁਰੂ ਪੰਥੇ ਦਾਸ, ਇਹ ਲੰਬੀ ਚੌੜੀ ਚਿੱਠੀ ਹੈ, ਮੈਂ ਬਹੁਤ ਥੋੜਾ ਚੋਂ ਪੜਿਆ। ਇਹਨਾਂ ਜੇ ਇਹ ਸਦਾ ਬਲਦੇਵ ਸਿੰਘ ਇਹਨਾਂ ਚੋਂ ਬੱਚੇ ਦੇ ਫਾਦਰ ਹੈਗੇ। ਹਾਂ ਬਲਦੇਵ ਮਾਪਿਓ ਵੱਲੋਂ, ਮਾਪਿਓ ਵੱਲੋਂ ਚਿੱਠੀ। ਹਾਂਜੀ ਸਰ, ਗੁਰੂ ਪੰਥੇ ਦਾਸ, ਬਲਦੇਵ ਸਿੰਘ ਤੇ ਨਾਲ ਉਹਨਾਂ ਦੇ ਸ਼ਾਇਦ ਹੈਗੇ ਨੇ ਸ਼ਰੀਕੇ ਹਯਾਤ, ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਪੇ ਅਤੇ ਸਮੂਹ ਸ਼ਹੀਦ ਪਰਿਵਾਰ 1986 ਸਾਖਾ ਨਕੋਦਰ। ਸਰਦਾਰ ਜਗਤਾਰ ਸਿੰਘ ਜੀ, ਅਕਾਲੀ ਦਲ ਜੇ ਇਸ ਇਹਨੂੰ ਵਾਪਸ ਵੀ ਲੈ ਲੈਂਦਾ ਤੇ ਹਰਜ ਕੀ ਸੀਗਾ ਜੀ? ਸਫਾਈਆਂ ਦੇ ਕੇ ਫਿਰ ਉਹ ਘੁੰਮ ਘੁਮਾ ਕੇ ਵੀ ਠੀਕ ਆ ਜੇ ਅਸੀਂ ਨਹੀਂ ਇਹ ਆਪਾਂ ਇਹ ਵਾਪਸ ਲੈ ਲੈਂਦੇ ਜੇ ਉਹਦਾ ਨਹੀਂ ਵਾਪਸ ਕੀ ਲੈ ਲੈਂਦੇ ਉਹਦਾ ਜਿਹੜਾ ਦਿੱਤਾ। ਹਾਂ ਨਹੀਂ ਚਲੋ ਉਹ ਤਾਂ ਉਹਨਾਂ ਦੀ ਚਾਇਸ ਹੈਗੀ, ਜਦੋਂ ਲਾ ਰਹੇ ਸੀਗੇ ਤਾਂ ਉਦੋਂ ਵੀ ਪਤਾ ਸੀ ਵੀ ਇਹ ਇਸ ਗੱਲ ਤੇ ਰੌਲਾ ਪਏਗਾ। ਜਦੋਂ PS2 CM ਲਾਇਆ ਸੀਗਾ ਉਦੋਂ ਵੀ ਤਾਂ ਰੌਲਾ ਪਿਆ ਸੀ, ਇਹ ਪਹਿਲੀ ਵਾਰੀ ਨਹੀਂ ਹੋਇਆ। ਉਦੋਂ ਉਦੋਂ ਰੌਲਾ ਹੋਰ ਲੈਵਲ ਤੇ ਸੀ, ਉਹ ਸ਼ਿਕਾਇਤ ਅਕਾਲ ਤਖ਼ਤ ਸਾਹਿਬ ਤੇ ਪਹਿਲੀ ਵਾਰੀ ਗਈ ਹੈ ਇਸ ਮਾਮਲੇ ਤੇ। ਇਹ ਇੰਨਾ ਕੁ ਫਰਕ ਹੈਗਾ ਕਿਉਂਕਿ ਹੁਣ ਬਾਕੀ ਸ਼ਿਕਾਇਤਾਂ ਸਾਰੀਆਂ ਗਈਆਂ ਹੋਈਆਂ ਸੀ, ਇੱਕ ਮਾਹੌਲ ਬਣਿਆ ਹੋਇਆ। ਅਦਰਵਾਈਜ਼ ਤਾਂ ਮਤਲਬ ਕਿ ਇਹ ਇਸ਼ੂ ਨੂੰ ਮੈਂ ਜਿਵੇਂ ਅਰਜ਼ ਕੀਤੀ ਪਹਿਲਾਂ ਬਈ ਬੜੇ ਸਾਲਾਂ ਤੋਂ ਟੇਕਅਪ ਕੀਤਾ ਜਾ ਰਿਹਾ, ਇਸ਼ੂ ਤਾਂ ਕਦੇ ਡੈਡ ਹੋਇਆ ਹੀ ਨਹੀਂ, ਹਾਈਕੋਰਟ ਦੇ ਵਿੱਚ ਵੀ ਪਟੀਸ਼ਨ ਹੋਈਆਂ, ਸਾਰਾ ਕੁਛ ਹੈ ਕਿ ਇਹਨੂੰ ਰੀਓਪਨ ਕੀਤਾ ਜਾਵੇ। ਇਹ ਇਸ਼ੂ ਅਕਾਲੀ ਸਰਕਾਰ ਵੇਲੇ ਇਹ 'ਤੇ ਨਵੀਂ ਇਨਕੁਆਇਰੀ ਹੋਣੀ ਚਾਹੀਦੀ ਸੀਗੀ, ਕਿਉਂਕਿ ਗੱਲ ਸਿਰਫ ਗੋਲੀ ਚਲਾਉਣ ਦੀ ਨਹੀਂ ਹੈ, ਜਿਹੜੀਆਂ ਬੱਚਿਆਂ ਦੀਆਂ ਲਾਸ਼ਾਂ ਵੀ ਉਹਨਾਂ ਦੇ ਪੇਰੈਂਟਸ ਨੂੰ ਨਹੀਂ ਦਿੱਤੀਆਂ ਗਈਆਂ, ਇਹ ਵੀ ਤਾਂ ਐਸਪੈਕਟ ਹੈ ਨਾ, ਸ਼ਿਕਾਇਤ ਦੇ ਵਿੱਚ ਦਰਜ ਹੈਗਾ। ਇਸ ਤੋਂ ਜ਼ਿਆਦਾ ਕ੍ਰੂਅਲਟੀ ਹੋਰ ਕਿਉਂ ਨਹੀਂ, ਕੌਣ ਜ਼ਿੰਮੇਵਾਰ ਇਹਨਾਂ ਗੱਲਾਂ ਵਾਸਤੇ? ਨਹੀਂ ਮੈਂ ਇਹੀ ਗੱਲ ਕਹਿਣ ਲੱਗਿਆ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਉਦੋਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀ, ਜਦੋਂ ਇੱਕ ਵਾਰੀ ਸਾਰੇ ਹੀ ਮਾਪੇ ਇਕੱਠੇ ਹੋ ਕੇ ਆਏ ਸੀ ਔਰ ਇੱਥੇ ਅੰਮ੍ਰਿਤਸਰ ਦੇ ਵਿੱਚ ਮੀਡੀਆ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀਗੀ 4 ਕੁ ਸਾਲ ਪਹਿਲਾਂ ਦੀ ਗੱਲ ਆ ਜੀ, 3-3.5 ਸਾਲ ਪਹਿਲਾਂ, ਉਦੋਂ ਵੀ ਇਨਸਾਫ ਲਈ ਆਏ ਸੀ ਵੀ ਕੁਝ ਕਰਾਓ। ਨਹੀਂ ਗੱਲ ਵੱਧ ਹੀ ਨਹੀਂ ਰਹੀ ਅੱਗੇ ਨਾ, ਇਹੀ ਤਾਂ ਸਮੱਸਿਆ ਹੈ, ਕਿਸੇ ਵੀ ਮਾਮਲੇ ਤੇ ਇਨਸਾਫ ਨਹੀਂ ਮਿਲਿਆ, ਬਦਲਾ ਲਿਆ ਗਿਆ। ਮੈਂ ਜਿਹੜੀ ਗੱਲ ਕਰਦਾ ਉਹਨੇ ਬਦਲਾ ਕੁਛ ਮਾਮਲਿਆਂ 'ਚ ਲਿਆ ਗਿਆ, ਬਲਿਊ ਸਟਾਰ ਦਾ ਬਦਲਾ ਲਿਆ ਗਿਆ, ਵਿਸਾਖੀ 1978 ਦਾ ਬਦਲਾ ਲਿਆ ਗਿਆ, ਇਨਸਾਫ ਤਾਂ ਨਹੀਂ ਮਿਲਿਆ। ਇਹ ਮਸਲੇ ਇਨਸਾਫ ਨਾਲ ਸੰਬੰਧਿਤ ਹੈਗੇ ਆ, ਇਨਸਾਫ ਨੂੰ ਤਾਂ ਤੇ ਅਸੀਂ ਮਿੱਟੀ ਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ। ਜਿਹੜੀ ਵੀ ਸਰਕਾਰ ਜਿਹੜੀ ਛੱਡੋ, ਇਹ ਕੰਮ ਸੀ ਬੇਸਿਕਲੀ ਅਕਾਲੀ ਸਰਕਾਰ ਦਾ ਜਿਹਨਾਂ ਨੇ ਟਰ ਮਾਰੀਆਂ, ਤੇ 1997 ਦੇ ਵਿੱਚ ਹੀ 10 ਅਗਸਤ ਨੂੰ ਇਹ ਅਨਾਊਂਸਮੈਂਟ ਕਰ ਦਿੱਤੀ ਗਈ ਸੀ ਵੀ ਅਸੀਂ ਕੋਈ ਕੇਸ ਪਰਸਿਊ ਨਹੀਂ ਕਰਨਾ। ਸੋ ਗੱਲ ਤਾਂ ਉਸ ਦਿਨ ਖਤਮ ਹੋ ਗਈ ਸੀਗੀ, ਉਹਦੇ ਪਿੱਛੇ ਸੋਚ ਕੀ ਸੀ ਅਸਲੀ? ਉਹ ਤਾਂ ਕਿਹਾ ਗਿਆ ਵੀ ਇਹਦੇ ਪੁਰਾਣੇ ਜ਼ਖਮ ਖੁੱਲਣਗੇ, ਜ਼ਖਮ ਤਾਂ ਹੁਣ ਤੱਕ ਉਹ ਤਾਂ ਨਸੂਰ ਬਣ ਗਏ ਆ, ਜ਼ਖਮ ਭਰੇ ਹੀ ਨਹੀਂ ਸੀਗੇ ਕਦੇ, ਉਹ ਨਸੂਰ ਬਣੇ ਹੋਏ ਆ, ਜਦ ਤੱਕ ਉਹਨਾਂ ਦਾ ਇਲਾਜ ਨਹੀਂ ਹੁੰਦਾ ਪ੍ਰੋਪਰ ਉਹ
ਰਿਸਦੇ ਰਹਿਣਗੇ, ਇਹ ਨਸਲ ਜਿਹੜੇ ਹੈਗੇ ਨਾ ਜਿਨ੍ਹਾਂ ਨੂੰ ਕਹਿੰਦੇ ਸੀ ਖੁੱਲ ਜਾਣਗੇ, ਉਹ ਰਿਸ ਰਹੇ ਆ ਜਖਮ ਅਜੇ। ਸਮੱਸਿਆ ਇੱਥੇ ਹੈ ਸਾਰੀ। ਪਰ ਜਦੋਂ ਮੈਂ ਸਰ ਤੁਹਾਡੇ ਕੋਲ ਇਸੇ ਹੀ ਮਾਮਲੇ ਨਾਲ ਆਵਾਂ ਕਿ ਇੱਕ ਪੱਤਰ ਹੋਰ ਵੀ ਗਿਆ ਅਕਾਲ ਤਖ਼ਤ ਸਾਹਿਬ ਕੋਲ, ਤਾਂ ਅੱਜ ਕੱਲ੍ਹ ਮੇਰਾ ਖਿਆਲ ਹੈ ਸਭ ਤੋਂ ਜ਼ਿਆਦਾ ਅਕਾਲੀ ਪੋਲੀਟਿਕਸ ਨੂੰ ਹੀ ਉਹਨਾਂ ਨੂੰ ਐਡਰੈਸ ਕਰਨਾ ਪੈ ਰਿਹਾ, ਸਕੱਤਰੇਤ ਹੋਵੇ ਜਾਂ ਸਿੰਘ ਸਾਹਿਬ ਵੀ ਲਗਾਤਾਰ। ਇੱਕ ਤਾਂ ਜਿੰਨੇ ਵੀ ਲੀਡਰ ਨੇ ਜਿਹਨਾਂ ਨੂੰ ਸੱਦਿਆ ਗਿਆ ਕਿ ਆਪਣਾ ਸਪਸ਼ਟੀਕਰਨ ਦਿਓ, ਸਾਰੇ ਦੇ ਰਹੇ ਨੇ। ਮੈਂ ਕੱਲ੍ਹ ਇੱਕ ਦੋ ਲੀਡਰਾਂ ਨਾਲ ਹੋਰ ਵੀ ਗੱਲ ਕੀਤੀ ਔਰ ਉਹਨਾਂ ਨੇ ਵੀ ਇਹ ਕਿਹਾ ਕਿ ਕੈਬਨਿਟ ਦੇ ਵਿੱਚ ਕੁਛ ਵੀ ਐਸਾ ਨਹੀਂ ਆਇਆ ਜਿਹਦੇ ਅਸੀਂ ਮੈਂਬਰ ਸੀ ਜਾਂ ਜਿਹਦੇ ਵਿੱਚ ਅਸੀਂ ਸ਼ਾਮਿਲ ਸੀ ਵੀ ਕੁਛ ਐਸਾ ਹੋਇਆ ਹੋਵੇ। ਲੇਕਿਨ ਜਿਹੜੀ ਕੱਲ੍ਹ ਇੱਕ ਹੋਰ ਪੱਤਰ ਗਿਆ ਉਹ ਫੈਡਰੇਸ਼ਨ ਦੇ ਇੱਕ ਧੜੇ ਵੱਲੋਂ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇੱਕ ਧੜੇ ਵੱਲੋਂ ਗਿਆ, ਜਿਹਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਹੋਰ ਵੀ ਲੀਡਰ ਨੇ, ਹੋਰ ਲੀਡਰ ਵੀ ਨੇ, ਉਹਨਾਂ ਨੂੰ ਵੀ ਸੱਦਿਆ ਜਾਵੇ। ਪ੍ਰੈਸ ਨੋਟ ਵੀ ਸ਼ਾਇਦ ਹੈਗਾ ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਬੀਬੀ ਭੱਠਲ ਔਰ ਰਾਜਾ ਵੜਿੰਗ, ਕਾਂਗਰਸ ਐਮ ਪੀ ਅਮਰ ਸਿੰਘ, ਡਾਕਟਰ ਦਰਸ਼ਨ ਸਿੰਘ ਬਰਾੜ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ, ਅਜੈਬ ਸਿੰਘ ਭੱਟੀ, ਹੋਰ ਵੀ ਨਾਂ ਲਿਖੇ ਗਏ ਆ ਜੀ। ਤੇ ਇਹ ਲੋਕ ਵੀ ਤਾਂ ਸਮੇਂ ਸਮੇਂ ਤੇ ਡੇਰੇ ਦੀ ਹਮਾਇਤ ਲੈਂਦੇ ਨੇ, ਤਾਂ ਮਤਲਬ ਕਿ ਜਿਹੜੇ ਹੁਣ ਇਸ ਜਿਹੜੇ ਫੈਡਰੇਸ਼ਨ ਦੇ ਲੀਡਰ ਆ ਉਹ ਸਿੱਧੇ ਸਿੱਧੇ ਅਕਾਲੀ ਦਲ ਨਾਲ ਵੀ ਜੁੜੇ ਹੋਏ ਆ। ਕੀ ਸਮੁੱਚਤਾ ਦੇ ਵਿੱਚ ਹੀ ਇੱਕ ਵਾਰੀ ਫੈਸਲਾ ਕੁਨ ਹੋ ਲਿਆ ਜਾਵੇ, ਇੰਜ ਦੀ ਅਪਰੋਚ ਵੀ ਲਈ ਜਾ ਰਹੀ ਹੈ, ਇੱਕ ਵਾਰੀ ਸਾਰੇ ਦੇ ਸਾਰੇ ਹੀ ਕਟਹਿਰੇ 'ਚ ਖੜੇ ਹੋ ਜਾਣ, ਸਿੰਘ ਸਾਹਿਬ ਇਹਦੇ ਤੇ ਕੰਨ ਧਰਨਗੇ ਕਿ ਇਹ ਹੋਰ ਕਨਫਿਊਜ਼ਨ ਕ੍ਰੀਏਟ ਹੋਊਗੀ ਜਾਂ ਇਹਦੇ ਨਾਲ ਲੋਕ ਸਾਰੇ ਜਿਹੜੇ ਕਲੈਰਿਟੀ ਨਾਲ ਬਰੀ ਹੋ ਜਾਣਗੇ ਜਾਂ ਸਜ਼ਾ ਯਾਫਤਾ ਹੋ ਜਾਣਗੇ ਜੀ? ਨਹੀਂ, ਇਹ ਤਾਂ ਥੋੜ੍ਹਾ ਜਿਹਾ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨੈਰੇਟਿਵ ਨੂੰ, ਇਸ ਤੋਂ ਬਾਅਦ ਕੁਛ ਨਹੀਂ ਗਾ, ਇਹਦੇ ਨਾਲ ਕਨਫਿਊਜ਼ਨ ਕੋਈ ਪੈਦਾ ਨਹੀਂ ਹੁੰਦਾ। ਇੱਕ ਅਸੈਂਬਲੀ ਇਲੈਕਸ਼ਨ ਤੋਂ ਪਹਿਲਾਂ ਕਿੰਨੇ ਹੀ ਲੀਡਰ ਪੇਸ਼ ਹੋਏ ਸੀਗੇ ਅਕਾਲ ਤਖ਼ਤ ਤੇ ਜੀ, ਉਹ ਅਕਾਲੀ ਵੀ ਸੀ ਤੇ ਮੇਰੇ ਖਿਆਲ ਉਹਨਾਂ ਦੇ ਕਾਂਗਰਸ ਲੀਡਰ ਵੀ ਸੀ, ਮੈਨੂੰ ਹੁਣ ਡਿਟੇਲ ਯਾਦ ਨਹੀਂ ਗਈ ਜੀ। ਸੋ ਇੱਕ ਵਾਰੀ ਇਹ ਫਨਾਮਨਾ ਹੋ ਚੁੱਕਿਆ, ਲੀਡਰ ਪੇਸ਼ ਹੋ ਚੁੱਕਿਆ, ਵਾਲੰਟਰੀ ਆਪਣੇ ਆਪ ਵੀ ਖੈਰ ਅਕਾਲ ਤਖ਼ਤ ਨੇ, ਮੈਨੂੰ ਯਾਦ ਨਹੀਂ ਕਿ ਉਦੋਂ ਇੰਟਰਵੀਨ ਕੀਤਾ ਸੀ ਜਾਂ ਕਿਸ ਤਰ੍ਹਾਂ ਸੀਗਾ, ਪੇਸ਼ੀ ਦਾ ਮੈਨੂੰ ਪਤਾ ਪੇਸ਼ ਹੋ ਗਏ ਸੀ ਸਾਰੇ ਇਹਨਾਂ ਨੇ। ਸਰਦਾਰ ਹਮੀਰ ਸਿੰਘ ਹੋਰਾਂ ਨੂੰ ਪਤਾ, ਤੁਸੀਂ ਆਨ ਕਰਕੇ ਸਾਹਿਬ ਹਮੀਰ ਸਿੰਘ ਜੀ ਇੱਕ ਵਾਰੀ ਜ਼ਿਕਰ ਕਰ ਦਿਓ ਮਾੜਾ ਜਿਹਾ ਨਾਲ। ਉਹਦੇ ਚ ਜੀ ਇਹਨਾਂ ਦੀ ਮੀਟਿੰਗ ਸੱਦੀ ਸੀ ਇੱਕ ਪੈਲਸ ਚ ਬਠਿੰਡੇ ਏਰੀਏ ਦੇ ਵਿੱਚ, ਉਦੋਂ ਇਹ ਸਾਰੇ ਮਾਨਵੇ ਵਾਲੇ ਸੱਦੇ ਸੀ, ਕਈ ਕੈਂਡੀਡੇਟ 45 ਦੇ ਕਰੀਬ ਬੰਦੇ ਵੱਖ ਵੱਖ ਪਾਰਟੀਆਂ ਦੇ, ਧੰਨ ਧੰਨ ਸਤਿਗੁਰੂ ਦੇ ਨਾਰੇ ਵੀ ਲਵਾਏ ਸੀ ਇਹਨਾਂ ਤੋਂ, ਨਾਰੇ ਲਾਏ ਬਾਕੀ ਚੱਲੇ ਤੇ ਫਿਰ ਜਨਦਾਰ ਸਾਹਿਬ ਨੂੰ ਕਿਸੇ ਨੇ ਭੇਜਤਾ ਸੀ ਵੀ ਆਹ ਕੀ ਹੋ ਰਿਹਾ ਜਿਹੜਾ ਉੱਪਰ ਨੇ। ਉਦੋਂ ਬਾਅਦ ਇਹ ਸਾਰੇ ਚਲੇ ਗਏ ਸੀ ਉੱਥੇ, ਜਿਹਦੇ ਚ ਪਰਮਿੰਦਰ ਢੀਡ ਸਾਹਿਬ ਨੂੰ ਵੀ ਗੱਲ ਕਰਦੇ ਹੁੰਦੇ ਨੇ, ਹੋਰ ਸਾਰੇ ਸੀਗੇ ਤੇ ਵਿੱਚ ਕਾਂਗਰਸੀ ਵੀ ਗਏ ਸੀਗੇ, ਸਾਰੇ ਜਾ ਕੇ ਉੱਥੇ ਮਾਫ਼ੀ ਮੰਗ ਕੇ ਆਏ ਸੀਗੇ ਵੀ ਵੋਟਾਂ ਕਰਕੇ ਸਾਨੂੰ ਜਾਣਾ ਪੈਂਦਾ ਜੀ, ਸਾਡਾ ਆਹ ਗੱਲ ਹੈ ਜਾਂ ਬਾਕੀ ਇਹ ਚੀਜ਼ ਇਹੋ ਜਿਹਾ ਕਰਕੇ, ਉਦੋਂ ਉਹ ਮਾਮਲਾ ਨਿਪਟ ਗਿਆ ਸੀ ਮੇਰੇ ਖਿਆਲ ਨਾਲ, ਉਹ ਤਾਂ ਉਹ ਜਿਹਾ ਹੋਇਆ ਸੀ। ਹਾਂਜੀ ਤੁਸੀਂ ਗੱਲ ਕਰਦੇ ਉਦੋਂ ਰਧਾਵਾ ਜਦੋਂ ਇਸ਼ੂ ਨਹੀਂ ਸੀ ਬਣਿਆ ਉਦੋਂ ਇਹ ਉੱਥੇ ਹੀ ਸਿਪਟ ਗਿਆ, ਹੁਣ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਛਾ ਹੁਣ ਇੱਕ ਤਾਂ ਪਹਿਲੀ ਗੱਲ ਤਾਂ ਇਹ ਕਿ ਫੈਡਰੇਸ਼ਨ ਆ ਨਾ, ਹੁਣ ਮੇਰੇ ਖਿਆਲ ਗੱਡੀਆਂ ਨਹੀਂ ਜਾਂਦੀਆਂ ਨਹੀਂ ਹੈਗੀਆਂ, ਹਰ ਇੱਕ ਦੇ ਨਾਲ ਸਿੱਖ ਸਟੂਡੈਂਟਸ ਫੈਡਰੇਸ਼ਨ ਲਿਖਿਆ ਜਾਂਦਾ, ਨਾ ਤਾਂ ਸਟੂਡੈਂਟਸ ਹੈਗੇ ਆ ਨਾ ਕੋਈ ਆ ਫੈਡਰੇਸ਼ਨ ਹੈ, ਇੰਡੀਵਿਜੁਅਲ ਹੈਗੇ ਜਿਹੜੇ ਸੀ ਨਾ ਓਰੀਜਨਲ ਫੈਡਰੇਸ਼ਨ, ਜਦੋਂ ਉਹਦੇ 'ਚੋਂ ਲੀਡਰ ਅਲੱਗ ਅਲੱਗ ਸੈਕਸ਼ਨਾਂ ਬਣੀ ਗਈਆਂ, ਹੁਣ ਇੱਕ ਇੱਕ ਦੋ ਦੋ ਲੀਡਰ ਆਪਣੇ ਆਪ ਨੂੰ ਫੈਡਰੇਸ਼ਨ ਕਹਿੰਦੇ ਆ। ਮੇਰੇ ਖਿਆਲ ਤੁਸੀਂ ਗਿਣਤੀ ਕਰ ਲਓਗੇ, ਸੋਚੋਗੇ ਵੀ ਇਹ ਕਿੰਨੀਆਂ ਕੁ ਹੈਗੀਆਂ, ਜਦੋਂ ਸਟੂਡੈਂਟ ਸਾਰੇ ਚੁੱਟੀਆਂ ਦਾੜੀਆਂ ਵਾਲੇ ਆ ਨਾਲੇ, ਫਿਰ ਕਹਿੰਦੇ ਸੀ ਪੋਲੀਟੀਕਲ ਪਾਰਟੀ 'ਚ ਕਨਵਰਟ ਕਰ ਰਹੀ ਸੀ ਜੀ ਫੈਡਰੇਸ਼ਨ ਆਪਣੀ, ਕਹਿੰਦੇ ਸਟੂਡੈਂਟਸ ਹੈਗੇ। ਚਲੋ ਸੋ ਇਹਨਾਂ ਦੀ ਨਾ ਇਹ ਇੰਡੀਵਿਜੁਅਲ ਹੈਗੇ ਲੋਕ, ਇਹ ਪਿੱਛੇ ਜਥੇਬੰਦੀ ਕੋਈ ਨਹੀਂ ਗਈ ਹੁਣ ਇਹਨਾਂ ਦੇ ਨਾਲ।
ਤੇ ਜਿਹੜੀ ਗੱਲ ਇਹਨਾਂ ਨੇ ਕੀਤੀ, ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਗੱਲ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਵੀ ਇਸ਼ੂ ਕੀ ਹੈ ਜਿਹੜਾ ਅਕਾਲੀ ਦਲ ਫੇਸ ਕਰ ਰਿਹਾ, ਉਹਦਾ ਮਸਲਾ ਹੀ ਹੋਰ ਹੈ। ਕਿਸੇ ਨੇ ਤਾਂ ਸ਼ਿਕਾਇਤ ਕਦੇ ਕੀਤੀ ਨਹੀਂ ਸੀ ਵੀ ਸੁਖਬੀਰ ਸਿੰਘ ਬਾਦਲ ਤੇ ਸਾਡਾ ਪ੍ਰਕਾਸ਼ ਸਿੰਘ ਬਾਦਲ ਆਪਣੇ ਡੇਰੇ ਸੱਚੇ ਸੌਦੇ ਵਾਲੇ ਰਾਮ ਰਹੀਮ ਨੂੰ ਮਿਲਦੇ ਰਹੇ, ਫੋਟੋਆਂ ਹੁਣ ਤੱਕ ਤੁਰੀਆਂ ਫਿਰਦੀਆਂ। ਉਹ ਪਤਾ ਨਹੀਂ ਆਪਣੇ ਜਿਹੜਾ ਹੁਕਮਨਾਮਾ ਆਇਆ ਸੀਗਾ 2007 'ਚ, ਉਸ ਤੋਂ ਪਹਿਲਾਂ ਦੀਆਂ ਫੋਟੋਆਂ ਕਿ ਬਾਅਦ ਦੀਆਂ, ਮੈਨੂੰ ਇਹ ਪਤਾ ਨਹੀਂ, ਇਸ ਕਰਕੇ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰੂੰਗਾ। ਮਸਲਾ ਤਾਂ ਮਿਲਣ ਦਾ ਹੈ ਨਹੀਂ ਸੀਗਾ, ਸਾਰੇ ਹੀ ਮਿਲਦੇ ਸੀਗੇ, ਜਾਂਦੇ ਸੀ ਹੁਕਮਨਾਮੇ ਤੋਂ ਬਾਹਰ ਵੀ ਜਾਂਦੇ ਰਹੇ, ਅਕਾਲੀ ਲੀਡਰ ਵੀ ਜਾਂਦੇ ਰਹੇ ਉਸ ਤੋਂ ਬਾਅਦ। ਮਸਲਾ ਤਾਂ ਹੁਣ ਦੂਸਰਾ ਹੈ ਇਹਨਾਂ ਦਾ, ਮਿਲਣ ਦਾ ਨਹੀਂ ਹੈ, ਇਹ ਤਾਂ ਨੈਰੇਟਿਵ ਵੱਖਰਾ ਹੈ। ਜਿਹੜੇ ਸ਼ਿਕਾਇਤ ਇਸ ਵੇਲੇ ਅਕਾਲ ਤਖ਼ਤ ਤੇ ਜਿਨ੍ਹਾਂ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਉਹ ਜਿਹੜੇ ਇਹਨਾਂ ਦੇ ਆਪਣੇ ਐਕਸ਼ਨ ਹੈਗੇ ਉਹਨਾਂ ਵਾਸਤੇ ਤਨਖਾਹੀਆ ਕਰਾਰ ਦਿੱਤਾ ਗਿਆ, ਨਾ ਕਿ ਡੇਰੇ ਸੱਚੇ ਸਾਹਿਬ ਦੇ ਨਾਲ ਇੰਟਰੈਕਸ਼ਨ ਕਰਨ ਵਾਸਤੇ। ਇਹ ਫਰਕ ਹੈ, ਇਹ ਡਾਈਵਰਟ ਕਰਨ ਦੀ ਕੋਸ਼ਿਸ਼ ਹੈ ਜੀ। ਸਮੀਰ ਸਿੰਘ ਜੀ, ਵੈਸੇ ਤਾਂ ਤੁਸੀਂ ਇੱਥੇ ਸਵੇਰੇ ਗੱਲ ਕੀਤੀ ਸੀਗੀ, ਫਿਰ ਵੀ ਇੱਕ ਮੈਂ ਟਿੱਪਣੀ ਜ਼ਰੂਰ ਚਾਹੂੰਗਾ। ਇਹਦੇ 'ਚ ਦੋ ਅਲੱਗ ਅਲੱਗ ਗੱਲਾਂ ਨੇ। ਜਿਹੜੇ ਅਕਾਲੀ ਦਲ ਤਾਂ ਪੰਥ ਦੀ ਨੁਮਾਇੰਦਾ ਜਥੇਬੰਦੀ ਕਹਾਉਂਦੀ ਹੈ, ਸ਼੍ਰੋਮਣੀ ਕਮੇਟੀ 'ਤੇ ਵੀ ਚੋਣ ਵੀ ਉਹੀ ਲੜਦੀ ਹੈ, ਸ਼੍ਰੋਮਣੀ ਕਮੇਟੀ 'ਤੇ ਵੀ ਉਹਦੇ ਹੀ ਬੰਦੇ ਜਿੱਤਦੇ ਨੇ, ਅਤੇ ਫਿਰ ਜਥੇਦਾਰ ਅਕਾਲ ਤਖ਼ਤ ਦੀ ਅਪੁਆਇੰਟਮੈਂਟ ਤੱਕ। ਕਾਂਗਰਸ ਜਾਂ ਦੂਜੀਆਂ ਪਾਰਟੀਆਂ ਨੇ ਉਹ ਇਹ ਦਾਅਵਾ ਹੀ ਨਹੀਂ ਕਰਦੀ, ਉਹ ਤਾਂ ਕਹਿੰਦੇ ਨੇ ਸਾਡੀ ਸੈਕੂਲਰ ਪਾਰਟੀ ਹੈ, ਅਸੀਂ SGPC ਦੇ ਵਿੱਚ ਨਾ ਚੋਣ 'ਚ ਦਖਲ ਦਿੰਦੇ ਹਾਂ ਨਾ ਬਾਕੀ, ਭਾਵੇਂ ਇਨਡਾਇਰੈਕਟਲੀ ਕੋਈ ਦਿੰਦੇ ਰਹਿਣ, ਉਹ ਇੱਕ ਅਲੱਗ ਗੱਲ ਹੈ, ਇੱਕ ਓਫੀਸ਼ੀਅਲ ਪੋਜੀਸ਼ਨ ਜਿਹੜੀ ਹੁੰਦੀ ਆ ਬਾਕੀ ਧਿਰਾਂ ਦੀ, ਕਿ ਸਾਡਾ ਨਹੀਂ ਇਹਦੇ ਨਾਲ ਕੋਈ ਨਾ ਕਹਿੰਦਾ, ਨਾ ਉਹ ਪੰਥ ਦੀ ਦਾਅਵੇਦਾਰੀ ਦੀ ਗੱਲ ਕਰਦੇ ਨੇ, ਨਾ ਉਹਦਾ ਕਦੇ ਸ਼੍ਰੋਮਣੀ ਕਮੇਟੀ 'ਤੇ ਗੱਲ ਇਸ ਲੈਵਲ ਦੀ ਹੁੰਦੀ ਹੈ ਵੀ ਅਸੀਂ ਕਬਜ਼ਾ ਦਾ ਸਾਡਾ ਹੋ ਜੇ। ਇੱਕ ਤਾਂ ਇਹ ਸਿਧਾਂਤਕ ਫਰਕ ਹੈ ਕਿ ਜਿਹੜੀ ਇਹ ਨੁਮਾਇੰਦੇ ਮਾਮਲੇ, ਬਲਕਿ ਉਹ ਤਾਂ ਸਾਰੇ ਇਸੇ ਲਈ ਤਾਂ ਇਹ ਕਹਿ ਰਹੇ ਨੇ, ਚਾਹੇ ਕਾਂਗਰਸੀ ਹੋਣ, ਚਾਹੇ ਭਾਜਪਾ ਹੀ, ਚਾਹੇ ਜਿਹੜੇ ਬਾਕੀ ਦੇ ਲੀਡਰ, ਕਿ ਪੰਜਾਬ 'ਚ ਅਕਾਲੀ ਦਲ ਵਰਗੀ ਪਾਰਟੀ ਦੀ ਲੋੜ ਹੈ ਜਿਹੜੀ ਪੰਥਕ ਇਸ਼ੂ ਉਠਾਵੇ, ਨਹੀਂ ਤਾਂ ਫਿਰ ਬਹੁਤ ਗੜਬੜ ਹੋ ਜੂਗੀ, ਸਗੋਂ ਇਹਦਾ ਸਮਝਣ, ਨਹੀਂ ਤਾਂ ਫਿਰ ਉਹ ਆਪ ਹੀ ਠੇਕੇਦਾਰੀ ਲੈ ਨਾ ਕੁਛ ਨਾ ਕੁਛ, ਉਹ ਤਾਂ ਇਸ ਪਾਸੇ ਆਉਣ ਲਈ ਤਿਆਰ ਨਹੀਂ। ਤਾਂ ਇੱਕ ਤਾਂ ਇੱਕੋ ਰਸਤੇ ਇੱਕੋ ਸਾਈਡ 'ਤੇ ਨਹੀਂ ਲਏ ਜਾ ਸਕਣਗੇ ਬੰਦੇ ਜਿਹਨਾਂ ਦੀ ਅਪਰੋਚ ਜਾਂ ਵੱਖ ਵੱਖ ਅਲੱਗ। ਦੂਜੀ ਗੱਲ ਇਹ ਹੈ ਕਿ ਜਿਹੜੀ ਸ਼ਿਕਾਇਤ ਜਥੇਦਾਰ ਸਾਹਿਬ ਕੋਲ ਪਹੁੰਚੀ ਹੈ, ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੀਆਂ ਕਾਰਗੁਜ਼ਾਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਚੀਫ ਮਿਨਿਸਟਰ ਦੀਆਂ, ਉਹਨੇ ਪੰਥ ਦੇ ਅਕਸ ਨੂੰ, ਪੰਥਕ ਸੰਸਥਾਵਾਂ ਦੇ ਅਕਸ ਨੂੰ ਬੇਹੱਦ ਧੱਕਾ ਲਾਇਆ, ਉਹਨਾਂ ਦੀ ਤਾਕਤ ਨੂੰ ਕਮਜ਼ੋਰ ਕੀਤਾ ਤੇ ਵੱਖ ਵੱਖ ਹੈ। ਇਹ ਹੈਗਾ ਇੱਕ ਡਾਇਰੈਕਟ। ਉਹ ਦੂਜਿਆਂ ਤਾਂ ਸੰਸਥਾਵਾਂ ਨੂੰ ਤਾਂ ਧੱਕਾ ਲਾਉਣ ਵਾਲੀ ਗੱਲ ਦੂਜਿਆਂ ਦਾ ਨਹੀਂ ਹੋ ਸਕਦਾ, ਇੰਡੀਵਿਜੁਅਲ ਮਾਮਲੇ ਹੋ ਸਕਦੇ ਨੇ। ਇਸ ਲਈ ਇੰਡੀਵਿਜੁਅਲ ਮਾਮਲਿਆਂ ਦੇ ਵਿੱਚ ਜੇ ਤਾਂ ਕੋਈ ਇਹੋ ਜਿਹਾ ਕ੍ਰਾਈਮ ਕੀਤਾ ਹੈ ਜਿਹੜੇ ਬੰਦਿਆਂ ਨੇ, ਜਿਹੜਾ ਕ੍ਰਾਈਮ ਵਾਕਈ ਸਿੱਖ ਹੋਣ ਦੇ ਨਾਤੇ ਕੋਈ ਕੁਰਾਹਤਾਂ ਇਹੋ ਜਿਹੀਆਂ ਨੇ, ਕੋਈ ਬਾਕੀ ਦੀਆਂ ਚੀਜ਼ਾਂ ਇਹੋ ਜਿਹੀਆਂ ਨੇ, ਉਹ ਸ਼ਾਇਦ ਹੋਰ ਤਰ੍ਹਾਂ ਦੇਖਿਆ ਜਾਏਗਾ, ਜਿਹੜੇ ਪੋਲੀਟੀਕਲ ਐਂਗਲ ਦੇ ਫੈਸਲਿਆਂ ਦੇ ਕ੍ਰਾਈਮ। ਇਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਜਥੇਦਾਰ ਸਾਹਿਬ ਦੋਨਾਂ ਪਾਰਟੀਆਂ ਨੂੰ ਇੱਕੋ ਜਿਹੇ, ਦੋਨਾਂ ਪਾਰਟੀਆਂ ਦੇ ਨੁਮਾਇੰਦੇ ਨੂੰ ਇੱਕੋ ਜਿਹਾ ਲੈ ਲੈਣਗੇ। ਹਾਂ, ਇਹ ਜ਼ਰੂਰ ਲਿਆ ਜਾ ਸਕਦਾ ਕਿ ਜਿਹੜੇ ਪੰਥਕ ਸਫਾ ਦੇ ਬੰਦੇ ਨੇ, ਚਾਹੇ ਉਹ ਕੋਰ ਕਮੇਟੀ 'ਚ ਨੇ, ਚਾਹੇ ਵੱਖ ਵੱਖ ਜਗ੍ਹਾ ਨੇ, ਉਹਨਾਂ ਨੂੰ ਜੇ ਸੋਚਿਆ ਜਾਏ ਕਿ ਫੈਸਲਾਕੁਰ ਕਿੰਨੇ ਸੀਗੇ, ਕੀ ਫੈਸਲੇ ਦੇ ਵਿੱਚ ਕੋਈ ਰੋਲ ਸੀ, ਜਾਂ ਚਲੋ ਫੈਸਲਾ ਜਦੋਂ ਆ ਵੀ ਗਿਆ ਉਦੋਂ ਬਾਅਦ ਕੋਈ ਰੋਕਣ ਦੀ ਟਰਾਈ ਕੀਤੀ, ਕਿਤੇ ਗੱਲ ਕੀਤੀ ਕਿਸੇ ਕਮੇਟੀ 'ਚ, ਕਿਤੇ ਬਾਹਰ, ਤੁਹਾਡਾ ਰੋਲ ਕੀ ਸੀ, ਉਹ ਵੀ ਸਾਰਿਆਂ ਦਾ ਇੱਕੋ ਕਸੂਰ ਨਹੀਂ ਮੰਨਿਆ ਜਾਂਦਾ ਹੁੰਦਾ ਕਦੇ। ਇੱਕ ਕ੍ਰਾਈਮ ਦੇ ਵਿੱਚ ਵੀ ਨਾ, ਜੇ 50 ਬੰਦੇ ਵੀ ਇਨਵੋਲਵ ਹੋਣ ਤਾਂ ਅਲੱਗ ਅਲੱਗ ਕ੍ਰਾਈਮ ਨੋਮੀਨੇਟ ਹੁੰਦਾ ਉਹਨਾਂ ਦਾ, ਔਰ ਕਿਸੇ ਦੀ ਵੱਧ ਜ਼ਿੰਮੇਵਾਰੀ ਹੁੰਦੀ ਹੈ, ਜਿਹਦੇ ਕੋਲ ਕਮਾਂਡ ਵੱਡੀ ਹੁੰਦੀ ਹੈ, ਕਿਸੇ ਦਾ ਕਿਸ ਕਿੰਨੀ ਹੁੰਦੀ ਹੈ, ਕਿਸੇ ਦੀ ਕਿੰਨੀ ਹੁੰਦੀ ਹੈ, ਉਹ ਵੀ ਅਲੱਗ ਅਲੱਗ ਸਜ਼ਾਵਾਂ ਭੁਗਤਦੇ ਆ ਵੀ, ਕੋਰਟ 'ਚ ਵੀ ਦੇਖਦੇ ਹਾਂ ਅਲੱਗ ਅਲੱਗ ਹੁੰਦੀਆਂ ਨੇ, ਕਿਉਂਕਿ ਉਹ ਰਿਸਪੋਂਸੀਬਿਲਟੀ ਨਾਲ ਵੀ ਜੁੜੀਆਂ ਹੁੰਦੀਆਂ ਨੇ,
ਔਰ ਲਗਾਤਾਰ ਪ੍ਰਭਾਵ ਜਿੰਨੇ ਤੁਹਾਡੇ ਹੁੰਦੇ ਨੇ ਉਹਦੇ ਨਾਲ ਵੀ ਜੁੜੀਆਂ ਹੁੰਦੀਆਂ ਨੇ, ਇੰਪੈਕਟ ਕਿੰਨਾ ਕਰਦੇ ਹੋ ਤੁਸੀਂ ਬਾਕੀ ਚੀਜ਼ ਤੇ, ਇਹ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਨੇ। ਪਰ ਇਹ ਸਾਰੇ ਮਾਮਲੇ ਤਾਂ ਸਾਡੀਆਂ ਆਪਣੀਆਂ ਗੱਲਾਂ ਜੋ ਸਾਨੂੰ ਲੱਗ ਰਿਹਾ ਉਹ ਗੱਲਾਂ ਕਰ ਰਿਹਾ, ਬਾਕੀ ਤਾਂ ਜਥੇਦਾਰ ਸਾਹਿਬਾਨ ਨੇ ਦੇਖਣਾ ਨਾ ਕਿ ਉਹ ਕੀ ਕਰਨਗੇ, ਕਿਹੜੇ ਕਿਹੜੇ ਪੈਮਾਨੇ ਤੈਅ ਕਰਨਗੇ, ਕਿਹੜੀ ਪਰਿਭਾਸ਼ਾ ਦੇ ਦਾਇਰੇ ਚ ਇਹਨਾਂ ਨੂੰ ਲੈਣਗੇ, ਮਾਪਦੰਡ ਕੀ ਹੋਣਗੇ, ਤੇ ਉਦੋਂ ਬਾਅਦ ਉਹਨਾਂ ਨੇ ਫੈਸਲਾ ਲੈਣਾ ਜੀ। ਇਹਦੇ ਚ ਕੋਈ ਦੋ ਰਾਵਾਂ ਨਹੀਂ ਕਿ ਫੈਸਲਾ ਤਾਂ ਬੜਾ ਸੋਚ ਸਮਝ ਕੇ ਹੋ ਰਿਹਾ। ਮੈਂ ਅੱਜ ਅਕਾਲੀ ਦਲ ਨੇ ਇੱਕ ਪ੍ਰੋਗਰਾਮ ਜਿਹੜਾ ਦਿੱਤਾ ਉਹ ਵੀ ਸਾਂਝਾ ਜ਼ਰੂਰ ਕਰਦੇ ਹਾਂ, ਬੜਾ ਜ਼ਰੂਰੀ ਹੈ ਉਹ ਕਰਨਾ। ਜਿਹੜੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੂੰਦੜ, ਉਹਨਾਂ ਨੇ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਜਿਹੜਾ ਫੈਸਲਾ ਕੀਤਾ ਹੈ, ਔਰ ਇਹ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਨੇ। 10 ਸਤੰਬਰ ਨੂੰ ਲੁਧਿਆਣਾ ਤੋਂ ਸ਼ੁਰੂ ਹੋਣਗੇ, 11 ਨੂੰ ਫਿਰੋਜ਼ਪੁਰ, 12 ਨੂੰ ਫਾਜ਼ਿਲਕਾ, 13 ਨੂੰ ਮੋਗਾ, 16 ਨੂੰ ਮੁਕਤਸਰ ਸਾਹਿਬ, 17 ਨੂੰ ਬਠਿੰਡਾ, 18 ਨੂੰ ਮਾਨਸਾ, 19 ਨੂੰ ਸੰਗਰੂਰ, 20 ਨੂੰ ਬਰਨਾਲਾ ਤੇ 23 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਨਗਰ ਚ ਇਹ ਦਿੱਤੇ ਜਾਣੇ ਨੇ ਜੀ ਧਰਨੇ, ਜ਼ਿਲ੍ਹਾ ਪੱਧਰੀ ਇਹਦੇ ਪ੍ਰੋਗਰਾਮ ਦਿੱਤਾ। ਲੇਕਿਨ ਸਰ ਜਗਤਾਰ ਸਿੰਘ ਜੀ, ਜਿਹੜੀ ਇੱਕ ਹੋਰ ਖਬਰ ਧਿਆਨ ਖਿੱਚ ਰਹੀ ਸੀਗੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਗੱਲ ਬਣੀ ਨਹੀਂ, ਹੁਣ ਮੈਨੂੰ ਲੱਗਦਾ ਵੀ ਗੱਲ ਬਣਨ ਨਾਲੋਂ ਗਾਂ ਵਿਗੜਨ ਵਾਲੇ ਪਾਸੇ ਵੱਧ ਗਈ। ਉਹਨਾਂ ਦੇ ਕਰਤਾ ਧਰਤਾ ਕਹਿੰਦੇ ਨੇ ਸੰਗਠਨ ਦੇ ਸੰਦੀਪ ਪਾਠਕ ਕਿ ਸਾਡੀ ਜੇ ਸਾਨੂੰ ਘਟਾ ਕੇ ਦੇਖੋਗੇ ਤਾਂ ਫਿਰ ਅਸੀਂ ਨਾਨੀ ਚੇਤੇ ਕਰਾ ਦਿਆਂਗੇ, ਇਹ ਪੰਜਾਬੀ ਦੇ ਸ਼ਬਦ ਹੈ, ਜੇ ਉਹਨਾਂ ਨੇ ਕੁਛ ਹੋਰ ਕਿਹਾ। ਸੋ ਤੁਹਾਨੂੰ ਲੱਗਦਾ ਕਿ ਇਹ ਫਿਰ ਕਾਂਗਰਸ ਦੀਆਂ ਵੋਟਾਂ ਸੱਤਾਧਾਰੀਆਂ ਨੂੰ ਫਾਇਦਾ ਮਿਲਦਾ, ਵੋਟਾਂ ਪੈਣੀਆਂ ਕਿੰਨੀਆਂ ਆਮ ਆਦਮੀ ਪਾਰਟੀ ਨੂੰ, ਇਹ ਵੀ ਸਵਾਲ ਆ। ਲੇਕਿਨ ਅਗਲਿਆਂ ਨੇ ਪੂਰਾ ਦਬਕਾ ਦਿਖਾਇਆ ਹੈ ਕਿ ਜੇ ਸਾਡੇ ਨਾਲ ਨਹੀਂ ਚੱਲੋਗੇ ਤੇ ਅਸੀਂ ਦਿਨੇ ਤਾਰੇ ਵਿਖਾ ਦਿਆਂਗੇ। ਪੰਜਾਬ ਦੇ ਕਾਂਗਰਸੀ ਕਾਫੀ ਕੱਛਾਂ ਵਜਾ ਰਹੇ ਹੋਣੇ ਅੱਜ, ਕੁਛ ਵੀ ਬਚ ਗਏ ਜੇ ਇਸ ਵਾਰੀ, ਫੇਰ ਅੱਗੇ ਪਾਰਲੀਮੈਂਟ ਚ ਵੀ ਬਚ ਗਏ ਸੀਗੇ ਤੇ 7 ਸੀਟਾਂ ਲੈ ਗਏ, ਉਹ ਤਾਂ ਹੁਣ ਅਜੇ ਤੱਕ ਰੈਸਟ ਹੀ ਕਰ ਰਹੀ ਹੈ ਕਾਂਗਰਸ। ਇੱਥੇ ਹੁਣ ਬਾਜਵਾ ਸਾਹਿਬ ਖੁਸ਼ ਹੋ ਗਏ, ਲੈ ਆ ਮੁੱਖ ਮੰਤਰੀ ਦੀ ਕੁਰਸੀ ਆਉਂਦੀ 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 ਫਿਰ ਬਚ ਗਈ ਜੇ ਜਾਂਦੀ ਜਾਂਦੀ, ਕੀ ਕਹਿੰਦੇ? ਨਹੀਂ ਫਰਕ ਹੈ ਨਾ ਪੰਜਾਬ ਤੇ ਹਰਿਆਣੇ ਚ, ਇੱਥੇ ਕਾਂਗਰਸ ਪੰਜਾਬ ਚ ਮੁੱਖ ਧਰਨੀ ਸੀ ਨਾ, ਇੱਥੇ ਤਾਂ ਸਰਕਾਰ ਸੀ ਆਮ ਆਦਮੀ ਪਾਰਟੀ ਦੀ ਹਰਿਆਣੇ ਦੇ ਵਿੱਚ, ਤਾਂ ਆਮ ਆਦਮੀ ਪਾਰਟੀ ਦਾ ਬੇਸ ਹੈ ਹੀ ਨਹੀਂ, ਹਜੇ ਪ੍ਰੂਵ ਕਰਨਾ ਇਹਨਾਂ ਨੇ। ਭਾਵੇਂ ਅਰਵਿੰਦ ਕੇਜਰੀਵਾਲ ਹਰਿਆਣੇ ਤੋਂ ਬਿਲੋਂਗ ਕਰਦੇ, ਉਹਨਾਂ ਦੇ ਪਿੰਡ ਭਵਾਨੀ ਡਿਸਟ੍ਰਿਕਟ ਦੇ ਵਿੱਚ, ਲੇਕਿਨ ਉੱਥੇ ਤਾਂ ਇਹਨਾਂ ਦਾ ਹੈ ਹੀ ਕੁਛ ਨਹੀਂ। ਸੀਟਾਂ ਤਾਂ ਲੈ ਦੇ ਕੇ ਜਿਹੜੀ ਗੱਲਬਾਤ ਚੱਲ ਰਹੀ ਸੀਗੀ ਇਹ 10 ਹੀ ਮੰਗ ਰਹੇ ਸਿਰਫ, ਇਸ ਤੋਂ ਵੱਧ ਤਾਂ ਸੀਟਾਂ ਹੀ ਨਹੀਂ ਸੀ ਮੰਗ ਰਹੇ। ਉਹ 10ਵੇਂ ਦੇਣ ਨੂੰ ਤਿਆਰ ਨਹੀਂ ਕਾਂਗਰਸ ਸੀ, ਉਹ 5-6 ਦੇਣ ਨੂੰ ਤਿਆਰ ਹੈ। ਜਿੱਥੇ ਸਟਰੈਂਥ ਹੀ ਇੰਨੀ ਕੁ 5 ਸੀਟਾਂ ਵਾਲੀ, ਉਹ ਐਵੇਂ ਦਬਕਾ ਮਾਰੀ ਜਾਂਦੀ, ਉਹ ਦਬਕਾ ਮਾਰਨ ਵਾਲੀ ਗੱਲ ਹੀ, ਉਸ ਤੋਂ ਵੱਧ ਕੁਛ ਨਹੀਂ ਗਾ। ਲੇਕਿਨ ਜਿਹੜੀ ਖਬਰਾਂ ਛਪੀਆਂ ਹੈ ਉਹਦੇ ਵਿੱਚ ਇਹ ਹੈ ਕਿ ਜਿਹੜੀਆਂ ਸੀਟਾਂ ਮੰਗ ਰਹੇ ਹੈ, ਗਿਣਤੀ ਨਾਲੋਂ ਵੀ ਜ਼ਿਆਦਾ ਉਹ ਮਸਲਾ ਉਹ ਹੈ ਕਿ ਜਿਹੜੀਆਂ ਸੀਟਾਂ ਮੰਗੀਆਂ ਜਾ ਰਹੀਆਂ ਉਹ ਕਾਂਗਰਸ ਦੀਆਂ ਸੀਟਾਂ, ਉਹ ਕਹਿੰਦੇ ਸਾਡੀਆਂ ਪੱਕੀਆਂ ਸੀਟਾਂ, ਉਹਦੇ 'ਚ 3 ਸੀਟਾਂ ਦੇ ਨਾਂ ਆਏ ਜਿਹੜੀਆਂ ਆਪ ਵਾਲੇ ਮੰਗ ਰਹੇ ਆ। ਉਹ ਕਹਿੰਦੇ ਵੀ ਇਹ ਤਾਂ ਉਹਨਾਂ ਨੇ ਆਪਣੇ ਕੈਂਡੀਡੇਟ ਅਨਾਊਂਸ ਕੀਤੇ ਉਹਨਾਂ ਸੀਟਾਂ 'ਤੇ, ਉਹ ਉਹਨਾਂ ਨੇ ਕਿਹਾ ਵੀ ਇਹ ਨਾਨ ਨੈਗੋਸ਼ੀਏਬਲ ਹੈ, ਉਹ ਵੱਖਰੀਆਂ ਸੀਟਾਂ ਦੇਣਾ ਚਾਹੁੰਦੇ ਆ। ਅਤੇ ਉੱਥੇ ਕੰਮ ਅੜਿਆ ਪਿਆ, ਇੱਕ ਤਾਂ ਉਹ ਕਹਿੰਦੇ ਵੀ ਨੰਬਰ ਦਾ ਮਸਲਾ ਨਹੀਂ ਹੈ, ਕਾਂਗਰਸ ਵਾਲੇ ਤਾਂ ਇਹ ਕਹਿੰਦੇ ਮਸਲਾ ਨੰਬਰ ਦਾ ਨਹੀਂ ਹੈ, 6-7 ਗੱਲ ਨਿਬੜ ਸਕਦੀ ਹੈ, ਉਹ ਦੋਵੇਂ ਪਾਸੇ ਬਾਰਗੇਨਿੰਗ ਹੁੰਦੀ ਹੈ ਨਾ, ਜੇ 10 ਮੰਗ ਰਹੇ ਹੈ ਤੇ 6-7 ਆਟੋਮੈਟਿਕਲੀ ਗੱਲ ਖਤਮ ਹੋ ਜਾਏਗੀ। ਸੋ ਇੱਥੇ ਮੇਨ ਧਿਰ ਹਰਿਆਣੇ ਦੇ ਵਿੱਚ ਆਪ ਨਹੀਂ ਹੈ, ਅੱਖਾਂ ਦਿਖਾਈ ਜਾਣ ਗੱਲ ਵੱਖਰੀ ਹੈਗੀ, ਉੱਥੇ ਕਾਂਗਰਸ ਮੇਨ ਧਿਰ ਹੈਗੀ ਹੈ ਅਤੇ ਕਾਂਗਰਸ ਇਸ ਵੇਲੇ ਪੂਰੀ ਕੌਨਫੀਡੈਂਟ ਹੈ ਸਰਕਾਰ ਬਣਾਉਣ ਦੇ ਵਿੱਚ। ਉੱਥੇ ਜਿਹੜੀ ਇਹ ਗੱਲ ਚੱਲੀ ਅਲਾਇੰਸ ਦੀ, ਉਹ ਆਪਣੇ ਰਾਹੁਲ ਗਾਂਧੀ ਤੋਂ ਚੱਲੀ ਹੈ,
ਉਹ ਨੈਸ਼ਨਲ ਪੋਲੀਟਿਕਸ ਦੇ ਕੰਸਰਨ ਦੇ ਵਿੱਚ ਹੈ, ਉਹ ਇਸ ਕਰਕੇ ਨਹੀਂ ਹੈ ਕਿ ਕਾਂਗਰਸ ਨੂੰ ਹਰਿਆਣੇ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ, ਫਰਕ ਹੈਗਾ ਸਾਰੀ ਗੱਲ 'ਤੇ। ਉਹ ਬਰਾਡ ਜਿਹੜੀ ਇੰਡੀਆ ਬਲੋਕ ਦੀ ਸਿਆਸਤ ਹੈ, ਰਾਹੁਲ ਗਾਂਧੀ ਨੇ ਉਸ ਸੰਦਰਭ ਦੇ ਵਿੱਚ ਆਪ ਨੂੰ ਨਾਲ ਲੈਣ ਦੀ ਕੋਸ਼ਿਸ਼ ਕੀਤੀ ਹੈ। ਸੋ ਉਹਦੇ 'ਚ ਹੁਣ ਸੰਦੀਪ ਪਾਠਕ ਹੋਰਾਂ ਨੇ ਕਹਿਤਾ ਵੀ ਇੱਥੇ ਤਾਰੇ ਦਿਖਾ ਦਿਆਂਗੇ ਜੇ ਅਲਾਇੰਸ ਨਾ ਹੋਈ ਤਾਂ। ਇਹ ਹਾਲੇ ਮੇਰੇ ਖਿਆਲ 'ਚ ਬਾਰਗੇਨਿੰਗ ਚੱਲ ਰਹੀ ਹੈ, ਕਿਉਂਕਿ ਫਾਈਨਲ ਫੈਸਲਾ ਹਜੇ ਆਇਆ ਨਹੀਂ ਟੁੱਟਣ ਦਾ। ਬਿਲਕੁਲ, ਵੈਸੇ ਵੀ ਜਿਹੜੇ ਦਬਕਾ ਪਹਿਲਾਂ ਮਾਰਿਆ ਜਾ ਰਿਹਾ, ਹੁਣ ਸਮੱਸਿਆ ਇਹ ਹੈ ਕਿ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਹੈ, ਉਸ ਤੋਂ ਬਾਅਦ ਲੀਡਰ ਮੇਨ ਸਿਸੋਦੀਆ ਅਤੇ ਸੰਦੀਪ ਪਾਠਕ ਇਸ ਅਲਾਇੰਸ ਦੇ ਮਾਮਲੇ 'ਤੇ। ਉਸ ਮਾਮਲੇ ਦੇ ਵਿੱਚ ਮੇਰੇ ਖਿਆਲ ਭਗਵੰਤ ਮਾਨ ਹੋਰੀ ਨਹੀਂ ਆਉਂਦੇ, ਇਹ ਕੰਪੇਨਿੰਗ ਮੇਨ ਇਹਨਾਂ ਕੋਲ ਹੋਏਗੀ, ਇਹ ਇੰਨਾ ਕੁ ਫਰਕ ਹੈਗਾ। ਭਗਵੰਤ ਮਾਨ ਦੀ ਵੀ ਜਾਨ ਬਚ ਜਾਣੀ ਆ ਸਰਦਾਰ ਹਮੀਰ ਸਿੰਘ ਜੀ, ਉਹਨਾਂ ਨੂੰ ਸਭ ਤੋਂ ਵੱਡਾ ਸੰਕਟ ਤਾਂ ਮੁੱਖ ਮੰਤਰੀ ਨੂੰ ਪੈਣਾ ਸੀ। ਪਰ ਜੇ ਮੈਂ ਹਰਿਆਣੇ ਦੇ ਕਾਂਗਰਸੀਆਂ ਦੀ ਲਵਾਂ ਤਾਂ ਉਹ ਬਿਲਕੁਲ ਨਹੀਂ ਚਾਹੁੰਦੇ, ਹਰਿਆਣੇ ਦੇ ਕਾਂਗਰਸੀ ਬਿਲਕੁਲ ਨਹੀਂ ਚਾਹੁੰਦੇ ਕਿ ਅਸੀਂ ਕਿਸ ਤਰ੍ਹਾਂ ਦਾ ਸਮਝੌਤਾ ਕਰਨਾ ਹੈ। ਤੇ ਇੰਝ ਲੱਗ ਰਿਹਾ ਕਿ ਜਿਵੇਂ ਹਾਈਕਮਾਂਡ ਵੀ ਬਹੁਤਾ ਉਹਨਾਂ ਨੂੰ ਦਬਕਾ ਮਾਰਨ ਦੇ ਮੂਡ 'ਚ ਨਹੀਂ, ਉਹਨਾਂ ਨੇ ਵੀ ਮੂੰਹ ਰੱਖਣੀ ਕਰ ਲਈ ਵੀ ਅਸੀਂ ਇਹ ਗੱਠਜੋੜ ਦੇ ਨਾਲ ਚੱਲਣਾ ਚਾਹ ਰਹੇ ਹਾਂ ਜਿਹੜਾ ਨੈਸ਼ਨਲ ਲੈਵਲ ਤੇ ਆ। ਪਰ ਹੁਣ ਆ ਕੇ ਗੱਲ ਸਿਰੇ ਲੱਗਦੀ ਦਿਸਦੀ ਨਹੀਂ। ਹਰਮਨ ਸਿੰਘ ਜੀ, ਜੇ ਤੁਸੀਂ ਸਵੇਰੇ ਵੀ ਵੈਸੇ ਹਰਿਆਣੇ ਦੀ ਪੋਲਿਟਿਕਸ ਦਾ ਜ਼ਿਕਰ ਕਰ ਰਹੇ ਸੀਗੇ, ਇਸ ਵੇਲੇ ਸਥਿਤੀ ਨਾਜ਼ੁਕ ਬਣੀ ਹੋਈ ਆ, ਉੱਥੇ ਗੈਰ ਜੱਟ ਤੇ ਜਾਟ ਜਿਹੜਾ ਮਾਮਲਾ ਹੈ ਨਾ, ਉਹ ਹੋਇਆ ਬੀਜੇਪੀ ਲਈ ਕਾਫੀ ਮੁਸ਼ਕਲ ਹੋ ਰਹੀ ਹੈ। ਔਰ ਭੁਪਿੰਦਰ ਸਿੰਘ ਹੁੱਡਾ ਮੰਨ ਕੇ ਚੱਲ ਰਹੇ ਆ ਕਿ ਬੜੀ ਆਸਾਨ ਜਿੱਤ ਮਿਲ ਜਾਊਗੀ ਇੱਥੇ। ਜੇਜੇਪੀ ਜਾਂ ਜਿਹੜੇ ਅਨੈਲੋ ਸੀ ਉਹਦਾ ਵੀ ਕੋਈ ਬਣਦਾ ਦਿਸਦਾ ਨਹੀਂ, ਉਹਦੇ ਨਾਲ ਵੀ ਅਕਾਲੀ ਦਲ ਵਾਂਗ ਕਾਫੀ ਨੁਕਸਾਨ 'ਚ ਰਹਿ ਰਹੇ ਨੇ। ਔਰ ਇਹ ਮੰਨਿਆ ਜਾ ਰਿਹਾ ਕਿ ਜਿੱਥੇ ਜਿੱਥੇ ਬੀਜੇਪੀ ਨੇ ਕਿਸੇ ਨੂੰ ਨਾਲ ਲਾਇਆ ਖੇਤਰੀ ਪਾਰਟੀ ਨੂੰ, ਬਾਅਦ ਦੇ ਵਿੱਚ ਉਹ ਹੱਥ ਲਾਉਂਦਾ ਹੀ ਰਹਿ ਗਿਆ ਵੀ ਮੇਰੇ ਨਾਲ ਹੋਇਆ ਕੀ। ਸੋ ਜੇ ਇਹ ਇਨ ਟੋਟੈਲਿਟੀ ਹਰਿਆਣੇ ਦੀ ਪੋਲੀਟਿਕਸ ਨੂੰ ਮੈਂ ਤੁਹਾਡੇ ਤੋਂ ਸਮਝਾਂ, ਹਰਿਆਣੇ 'ਚ ਅਸਲ ਦੇ ਵਿੱਚ ਠੀਕ ਹੈ ਕਿ ਕਦੇ ਚੁਟਾਲਾ ਪਰਿਵਾਰ ਸੀ, ਜਦੋਂ ਦਾ ਉਹ ਟੁੱਟਿਆ ਉਹ ਦੋਨੋਂ ਪਰਿਵਾਰਾਂ ਦੇ ਵਿੱਚ ਕੁੱਝ ਨਹੀਂ। ਜੇਜੇਪੀ ਦੇ ਤਾਂ 10 ਤੋਂ 7 ਵਿਧਾਇਕ ਤਾਂ ਚਲੇ ਗਏ ਨੇ, 3 ਬੀਜੇਪੀ ਨਾਲ ਚਲੇ ਗਏ, ਕੁਛ ਕਾਂਗਰਸ ਨਾਲ ਚਲੇ ਗਏ, ਮਤਲਬ ਉਹ ਆਪ ਰਹਿ ਗਿਆ ਇੱਕ ਤਾਂ ਜਿਹੜਾ ਦੁਸ਼ਯੰਤ, ਤੇ ਇੱਕ ਅੱਧਾ ਖਾਸ ਹੋਰ ਰਹਿ ਗਿਆ ਤੇ ਬੰਦੇ ਨਹੀਂ ਬਚੇ ਨਾ। ਪਾਰਟੀ ਨੇ ਉਸ ਸਮੇਂ ਕਿਸਾਨੀ ਦਾ ਵਿਰੋਧ ਬੀਜੇਪੀ ਨਾਲ ਹੱਥ ਮਿਲਾਇਆ ਜਦੋਂ ਕਿਸਾਨੀ ਟੌਪ ਤੇ ਐਜੀਟੇਸ਼ਨ ਲੜ ਰਹੀ ਸੀ। ਔਰ ਇਹ ਇਹਨਾਂ ਦਾ ਮੇਨ ਬੇਸ ਜਿਹੜਾ ਸੀਗਾ ਚੌਟਾਲਾ ਪਰਿਵਾਰ ਦਾ ਜਾਂ ਉਹਨਾਂ ਦੀ ਪਾਰਟੀ ਦਾ, ਉਹ ਜਾਟ ਬੈਲਟ ਸੀਗੀ, ਬੇਸਿਕਲੀ ਜਾਟ ਫੋਕਸ ਸੀ। ਜਿਵੇਂ ਅਕਾਲੀ ਦਲ ਦਾ ਪੰਜਾਬ 'ਚ ਕਿਸਾਨੀ ਵੋਟ ਬੈਂਕ ਸੀ ਬੇਸਿਕਲੀ, ਉੱਥੇ ਵੀ ਇਹ ਸੀ ਤੇ ਉਹ ਤਾਂ ਬਿਲਕੁਲ ਹੀ ਖਿੰਡ ਗਏ, ਹੁਣ ਕਿਸੇ ਨੂੰ ਕੋਈ ਵੀ ਨਹੀਂ ਸੰਭਾਵਨਾ ਨਜ਼ਰ ਆਉਂਦੀ। ਤੇ ਉਹ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਈਵਨ ਜਿਹੜੀ ਇਹਨਾਂ ਦੀ ਹੋਈ ਸੀ 2018 'ਚ ਹਰਿਆਣੇ ਦੀ, ਉਦੋਂ ਵੀ ਬਹੁਤ ਨੇੜੇ ਸੀਟਾਂ ਲੈ ਗਈ ਸੀ ਕਾਂਗਰਸ, 2-4 ਦਾ ਫਰਕ ਰਹਿ ਗਿਆ ਸੀਗਾ, ਬੀਜੇਪੀ ਨੂੰ ਮੈਜੋਰਿਟੀ ਨਹੀਂ ਸੀ ਮਿਲੀ, ਜੇਜੇਪੀ ਨੇ ਜਾ ਕੇ ਬਣਵਾਈ ਸੀ। ਉਦੋਂ ਵੀ ਜਾਟ ਟੋਟਲੀ ਹੁੱਡੇ ਦੇ ਮਗਰ ਪੈ ਗਏ ਸੀਗੇ ਹਰਿਆਣੇ ਦੇ, ਤੇ ਉਹਨੂੰ ਐਜ ਏ ਜਾਟ ਲੀਡਰ ਦੇ ਤੌਰ ਤੇ ਐਸਟੈਬਲਿਸ਼ ਹੋਇਆ। ਜਿਵੇਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਵਾਰ ਮੁਸਲਿਮ ਜਨੇ ਈਵਨ ਕਿਸਾਨੀ ਨੇ ਕਈ ਸਟੇਟਾਂ 'ਚ ਵੱਖ ਵੱਖ ਸਮੇਂ ਇਹ ਫੈਸਲਾ ਕਰ ਲਿਆ ਵੀ ਵੰਡੀ ਨਹੀਂ ਜਾ ਰਹੀ ਵੋਟ, ਨਾ ਯੂਪੀ 'ਚ ਵੰਡਣੀ ਆ ਨਾ ਕਿਤੇ ਹੋਰ, ਵੰਡੀ ਗਈ ਤਾਂ ਸਮਝ ਲਓ ਬੀਜੇਪੀ ਜਿੱਤ ਗਈ। ਜਿਸ ਸਟ੍ਰੈਟਜੀ ਨਾਲ ਉਹਨਾਂ ਨੇ ਵੋਟਿੰਗ ਕੀਤੀ ਹੈ ਨਾਰਦਰਨ ਇੰਡੀਆ ਦੇ ਕਈ ਸਟੇਟਾਂ ਦੇ ਵਿੱਚ, ਉਵੇਂ ਹੀ ਹਰਿਆਣੇ 'ਚ ਆਮ ਇਹਨੂੰ ਲੱਗਦਾ ਕਾਂਗਰਸ ਨੂੰ ਕਿ ਉਹ ਇੱਥੇ ਵੀ ਕਰਨਗੇ ਉਸੇ ਨੂੰ। ਤੁਸੀਂ ਹਰਿਆਣੇ ਦੀ ਲੋਕ ਸਭਾ ਦੇਖੋ,
ਇੱਕ ਸੀਟ ਦਿੱਤੀ ਸੀ ਆਮ ਆਦਮੀ ਪਾਰਟੀ ਨੂੰ, ਉਹ ਵੀ ਹਾਰ ਗਈ। ਕਾਂਗਰਸ ਤਾਂ 5 ਲੈ ਗਈ ਨਾ 9 ਚੋਂ, ਜਿਹੜੀਆਂ ਉਹਦੇ ਕੋਲ 9 ਸੀਗੀਆਂ। ਤਾਂ ਫਿਰ ਉਹ ਤਾਕਤ ਇੱਕ ਲੈਵਲ ਤੇ ਦਿਖਾਈ ਦੇ, ਉਹ ਮਾਰਜਨ ਵੀ ਬਹੁਤ ਕਾਫੀ ਵੱਡਾ ਹੈ ਉਹਨਾਂ ਸੀਟਾਂ ਤੇ ਜਿੱਥੇ ਕਾਂਗਰਸ ਜਿੱਤੀ ਹੈ। ਕਈ ਸੀਟਾਂ ਤੇ ਤਾਂ ਕਾਫੀ ਵੱਡਾ ਮਾਰਜਨ ਹੈ, ਜਿਹੜੀਆਂ ਜਾਟ ਬੈਲਟ ਵਾਲੀਆਂ ਜਾਂ ਉਸ ਲੈਵਲ ਦੇ ਉੱਤੇ ਸੀਟਾਂ ਨੇ। ਉਹਨਾਂ ਸਾਰੀਆਂ ਗੱਲਾਂ ਕਰਕੇ ਮੋਦੀ ਸਾਹਿਬ ਨੂੰ ਤੁਰੰਤ ਚੀਫ ਮਿਨਿਸਟਰ ਬਦਲਣਾ ਪਿਆ ਸੀ ਆਪਣਾ, ਤੇ ਚੀਫ ਮਿਨਿਸਟਰ ਬਦਲ ਕੇ ਵੀ ਬਾਹਲਾ ਫਰਕ ਨਹੀਂ ਮਤਲਬ ਦਿਖਾਈ ਦਿੱਤਾ ਸੀ ਇਹ ਸਾਰੇ ਮਾਮਲੇ ਦੇ ਵਿੱਚ। ਦੂਜੀ ਗੱਲ ਇਹ ਹੈ ਕਿ ਹੁਣ ਕਿਤੇ ਆਮ ਆਦਮੀ ਪਾਰਟੀ ਕੀ ਕਹਿ ਰਹੀ ਹੈ ਇਹ ਸਮਝ ਨਹੀਂ ਆਈ। ਜੇ ਸੰਦੀਪ ਪਾਠਕ ਦੀ ਗੱਲ ਤੇ ਲਾਇਆ ਜਾਵੇ ਵੀ ਅਸੀਂ ਸਾਰੇ ਮਤਲਬ ਕਮਜ਼ੋਰ ਨਾ ਸਮਝਿਆ ਜਾਵੇ, ਕਮਜ਼ੋਰ ਕਿੰਨਾ ਕੁ ਹੈ ਕਿੰਨੇ ਕੁ ਨਹੀਂ ਹੋ ਉਹਨਾਂ ਤਾਂ ਸਭ ਨੂੰ ਪਤਾ, ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ। ਕੀ ਤੁਸੀਂ ਇਹੋ ਜਿਹਾ ਫੈਸਲਾ ਵੀ ਲੈ ਸਕਦੇ ਹੋ ਇਦੋਂ ਬਾਅਦ, ਮੰਨ ਲਓ ਤੁਹਾਡਾ ਨਹੀਂ ਹੁੰਦਾ ਕਾਂਗਰਸ ਨਾਲ, ਤੁਸੀਂ ਆਪਦੇ ਕੈਡਰ ਨੂੰ ਇਹ ਕਹਿ ਸਕਦੇ ਹੋ ਕਿ ਬੀਜੇਪੀ ਨੂੰ ਵੋਟ ਪਾ ਦਿਓ? ਇਹ ਕੋਈ ਚਾਂਸ ਹੈ? ਜਿਹਨੇ ਕੇਜਰੀਵਾਲ ਅੰਦਰ ਕੀਤਾ ਹੈ, ਜਿਹਨੇ ਸਾਰੇ ਕੁਝ ਕੀਤੇ ਨੇ, ਇੱਥੇ ਤੱਕ ਵੀ ਜਾ ਸਕਦੀ ਹੈ ਕੋਈ ਪਾਰਟੀ? ਜਾਂ ਵੱਡੇ ਇੰਟਰਸਟ ਦੇ ਵਿੱਚ ਦੇਸ਼ ਦੇ ਵਿੱਚ ਬਦਲਾਅ ਦੇ ਮਾਮਲੇ ਦੇ ਵਿੱਚ ਕਿ ਉਹਨੂੰ ਚੈਲੰਜ ਕਰਨਾ, ਤੁਹਾਡੇ ਲੀਡਰ ਨਾਲ ਵੀ ਜੋ ਹੋ ਰਿਹਾ ਉਹਨੂੰ ਚੈਲੰਜ ਕਰਨਾ, ਇੱਥੇ ਤੱਕ ਨਹੀਂ ਜਾ ਸਕਦੀ? ਇਹ ਦੋ ਬਹੁਤ ਬੜੇ ਸਵਾਲ ਨੇ। ਇਸ ਚੈਲੰਜ ਚ ਛੁਪਿਆ ਥ੍ਰੈਟ ਹੈ ਕਿ ਸਾਨੂੰ ਅਸੀਂ ਜਿੱਤੀਏ ਨਾ ਜਿੱਤੀਏ ਫਿਰ ਤੁਹਾਨੂੰ ਨਹੀਂ ਜਿੱਤਣ ਦੇਣਾ। ਕੀ ਉਹ 5-7 ਸੀਟਾਂ ਤੇ ਜਿੱਥੇ ਤੁਸੀਂ ਚਾਹੁੰਦੇ ਹੋ ਉੱਥੇ ਇਹ ਵੀ ਕਰ ਲਓਗੇ? ਇਹ ਬਹੁਤ ਖਤਰਨਾਕ ਮੋੜ ਹੋਏਗਾ ਜੇਕਰ ਉਧਰ ਨੂੰ ਪਾਰਟੀਆਂ ਉਸ ਰੂਪ ਦੇ ਵਿੱਚ ਚੱਲਦੀਆਂ। ਬਲਕਿ ਇਸ ਸਮੇਂ ਤਾਂ ਤੁਸੀਂ ਦੇਖੋ ਕਿ ਜੇ 5-7-9 ਲੈ ਜਾਓ, 5-7 ਲੈ ਜਾਓ, ਉਹ ਸੀਟਾਂ ਲੜਦੇ ਹੋ ਤੁਸੀਂ ਛੋਟੇ ਪਲੇਅਰ ਹੋ। ਜੇ ਫਿਲਹਾਲ ਉਹਦਾ ਖਾਤਾ ਵੀ ਖੁੱਲ ਜਾਏ ਨਾ, 2-3 ਸੀਟਾਂ ਵੀ ਕਾਂਗਰਸ ਨਾਲ ਮਿਲ ਕੇ ਆ ਜਾਣ, ਤਾਂ ਵੀ ਤੁਸੀਂ ਵੱਡੀ ਪਾਰਟੀ ਬਣ ਜਾਓਗੇ, ਅੱਗੇ ਨੂੰ ਪੈਰ ਧਰਾ ਹੋ ਜਾਊਗਾ, ਅੱਗੇ ਨੂੰ ਬਾਰਗੇਨਿੰਗ ਹੋਰ ਕਰਨ ਜੋਗੇ ਹੋ ਜਾਓਗੇ ਕੰਪੈਰੇਟਿਵਲੀ। ਹੁਣ ਤੱਕ ਤਾਂ ਕੋਈ ਨੀ, ਆਪ ਵੀ ਲੜਕੇ ਦੇਖ ਲਈਆਂ ਸਾਰੀਆਂ ਸੀਟਾਂ। ਇਹ ਬਾਰਗੇਨਿੰਗ ਦਾ ਲੈਵਲ ਜਿਹੜਾ ਹੁੰਦਾ ਨਾ ਇੱਕ ਮੇਰੇ ਖਿਆਲ ਵੱਡੀਆਂ ਧਿਰਾਂ ਦੇ ਵਿੱਚ, ਉਹ ਸਕਿੱਲ ਵੀ ਪੋਲੀਟੀਕਲ ਧਿਰਾਂ ਨੂੰ ਅਜੇ ਸਿੱਖਣਾ ਪੈਣਾ ਕਿ ਨਵੀਆਂ ਨੇ ਆਪਣੀ ਹਵਾ ਨਾਲ ਜਿੱਤ ਗਏ ਜਿੱਥੇ ਜਿੱਥੇ ਜਿੱਤ ਗਏ। ਜਿਹੜੀ ਓਵਰਆਲ ਐਡਜਸਟਮੈਂਟਾਂ ਦੇ ਕੁਐਸਚਨ ਹੁੰਦੇ ਨੇ ਉਹ ਹਜੇ ਤਜਰਬਾ ਦੱਸੂਗਾ, ਮੇਰੇ ਖਿਆਲ ਤਜਰਬਾ ਜੋ ਜੋ ਹੋਊਗਾ ਤਿੰਨੇ ਤਿੰਨੇ ਇਹ ਐਡਜਸਟਮੈਂਟਾਂ ਹੋਣਗੀਆਂ ਕਿਸੇ ਨਾ ਕਿਸੇ ਵਿੱਚ। ਐਗਜੈਕਟ ਸ਼ਬਦ ਸੀਗੇ ਕਿ ਜੋ ਵੀ ਸਾਨੂੰ ਘੱਟ ਸਮਝੇਗਾ ਉਹ ਭਵਿੱਖ ਚ ਪਛਤਾਏਗਾ, ਤੇ ਅਸੀਂ ਹਰ ਸੀਟ ਤੇ ਚੋਣ ਲੜਨ ਲਈ ਤਿਆਰ ਆ, ਪਾਰਟੀ ਦਾ ਆਰਡਰ ਉਡੀਕ ਰਹੇ ਹਾਂ। ਸੋ ਇਹ ਸਹੀ ਸ਼ਬਦ ਸੀਗੇ, ਤੇ ਬਾਕੀ ਮੈਨੂੰ ਲੱਗਦਾ ਹੁਣ ਛੁੱਟੀ ਲੈ ਲਈਏ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਥੈਂਕ ਯੂ, ਸ਼ੁਕਰੀਆ ਜੀ।